ਡੱਟ ਚਾ ਵੀਚਾ ਸਤਿ ਸ਼੍ਰੀ ਅਕਾਲ ਜੀ ਤੁਸੀਂ ਪ੍ਰਾਈਮੇਰੀ ਸ਼ਾ ਟੈਲੀਵਿਜ਼ਨ ਦੇਖ ਰਹੇ ਹੋ ਮੈਂ ਹਾਂ ਸਵਰਨ ਸਿੰਘ ਟੈਣਾ ਤੇ ਹਰ ਰੋਸ ਦੀ ਤਰ੍ਹਾਂ ਹੀ ਪ੍ਰੋਗਰਾਮ ਚੱਜਦਾ ਵਿਚਾਰ ਲੈ ਕੇ ਹਾਜ਼ਰ ਹਾਂ ਹਰ ਰੋਸ ਦੀ ਤਰ੍ਹਾਂ ਮੇਰੇ ਨਾਲ ਨੇ ਮੈਡਮ ਹਰਮਨ ਥਿੰਨ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਨੇ ਬਹੁਤ ਵਧੀਆ ਚੜ੍ਹਦੀ ਕਲਾ ਜਿੰਦਾਬਾਦ ਠੰਡ ਦੇ ਕਿਵੇਂ ਦੇ ਹਾਲ ਨੇ ਬਈ ਦੇਖੋ ਠੰਡ ਹੁਣ ਥੋੜੀ ਥੋੜੀ ਖਿਸਕਣੀ ਸ਼ੁਰੂ ਹੋਈ ਹੈ ਜੀ ਪਰ ਅੱਜ ਸਵੇਰੇ ਫੇਰ ਬਹੁਤ ਠੰਡ ਸੀ ਨਹੀਂ ਇੰਨੀ ਕਿ ਤਾਂ ਪੈਣੀ ਵੀ ਚਾਹੀਦੀ ਐ ਤੇ ਹਲੇ ਪਾਉਗੀ ਵੀ ਕਈ ਨਹੀਂ ਮੇਰਾ ਫੋਨ ਕਹਿੰਦਾ ਸੀ ਵੀ ਸਵੇਰੇ 7 ਡਿਗਰੀ ਟੈਂਪਰੇਚਰ ਸੀ ਅੱਛਾ ਤਾਪਮਾਨ ਤਾਪਮਾਨ 7 ਡਿਗਰੀ ਜੀ ਚਲੋ ਕੋਈ ਗੱਲ ਨਹੀਂ ਇਹ ਨਾ ਅ ਉਹ ਕਹਿੰਦੇ ਵੀ 11 ਤੇ 12 ਤਰੀਕ ਨੂੰ ਪੰਜਾਬ ਦੇ ਵਿੱਚ ਬਦਲਵਾਈ ਰਹੂਗੀ ਹੋ ਸਕਦਾ ਕਈ ਥਾਵਾਂ ਦੇ ਉੱਤੇ ਬੂੰਦਾਬੰਦੀ ਹੋ ਜਾਏ ਅੱਛਾ ਮਤਲਬ ਲੋੜੀ ਦਾ ਸਵਾਦ ਖਰਾਬ ਹੋਣ ਦੇ ਪੂਰੇ ਅਸਾਰ ਨੇ ਹਾਂ ਹੋ ਸਕਦਾ ਪਰ ਲੋੜੀ ਤਾਂ 13 ਦੀ ਹੈ ਨਾ ਜੀ ਪਰ ਉਹਦਾ ਅਸਰ ਤਾਂ ਰਹੇਗਾ ਨਾ ਇਹ ਨਹੀਂ ਵੀ ਨਹੀਂ ਬੂੰਦਾਬੰਦੀ ਦਾ ਮਤਲਬ ਇਹ ਨਹੀਂ ਹੁੰਦਾ ਕਿ ਰੁੜ ਜਾਗੇ ਨਹੀਂ ਚੱਕੜ ਵੱਖੋਂ ਮੈਂ ਕਹਿ ਰਹੀ ਆ ਚਲੋ ਦੇਖਦੇ ਆ ਨਾ ਮੌਸਮ ਵਿਭਾਗ ਦੇ ਅੱਗੇ ਕਿਹੜਾ ਅੰਦਾਜ਼ੇ 100% ਦੀ ਸਹੀ ਸਾਬਤ ਹੁੰਦੇ ਜਦੋਂ ਆਪਾਂ ਇਦਾਂ ਗੱਲ ਕਰਦੇ ਨਾ ਮੈਨੂੰ ਤੁਹਾਡੀ ਉਦਨ ਵਾਲੀ ਗੱਲ ਚੇਤੇ ਆ ਜਾਂਦੀ ਹੈ ਵੀ ਤੁਹਾਨੂੰ ਜੇ ਨੇ ਕਿਸੇ ਨੇ ਕਿਹਾ ਸੀ ਵੀ ਤੁਸੀਂ ਆਪਸ ਚ ਲੜਦੇ ਨਹੀਂ ਨਹੀਂ ਆਪਾਂ ਕਿਉਂ ਲੜਦਾ ਭਈ ਨਹੀਂ ਪਹਿਣਾ ਪਵੇ ਨਹੀਂ ਪਹਿਣਾ ਨਾ ਪਵੇ ਅਸੀਂ ਕਿਉਂ ਲੜੀਏ ਅਸੀਂ ਤਾਂ ਇੱਥੇ ਬਹਿ ਕੇ ਗੱਲਾਂ ਕਰਨੀਆਂ ਨੇ ਤੁਹਾਡੇ ਨਾਲ ਬਸ ਤੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਮੈਂ ਉਹ ਨੰਨੇ-ਮੁੰਨੇ ਬੱਚੇ ਦੀ ਗੱਲ ਨੰਨੇ-ਮੁੰਨੇ ਬੱਚੇ ਦੀ ਗੱਲ ਤੋਂ ਮੈਨੂੰ ਇੱਕ ਗੱਲ ਚੇਤੇ ਆ ਗਈ ਵੀ ਜਿਹੜੇ ਮਾਸਟਰ ਹੁੰਦੇ ਆ ਨਾ ਮਾਸਟਰ ਨਹੀਂਆਂ ਨੇ ਜਿਹੜੀਆਂ ਉਹਨਾਂ ਨੂੰ ਇੱਕ ਬੇਨਤੀ ਆ ਹੱਥ ਜੋੜ ਕੇ ਜੀ ਵੀ ਨਲਾਇਕ ਨਿਆਣਿਆਂ ਨੂੰ ਬਿਲਕੁਲ ਨਾ ਕੁੱਟਿਆ ਕਰੋ ਕਿਉਂ ਇੱਕ ਚਪੇੜ ਵੀ ਨਾ ਮਾਰਿਆ ਕਰੋ ਕਿਉਂ ਡੰਡਾ ਤਾਂ ਬਹੁਤ ਦੂਰ ਦੀ ਗੱਲ ਆ ਉਂਗਲ ਵੀ ਨਾ ਗੱਲ ਤੇ ਲਾਇਆ ਕਰੋ ਕਿਉਂ ਉਹਦੇ ਪਿੱਛੇ ਕਾਰਨ ਇਹ ਆ ਵੀ ਇਹੀ ਨਿਆਣੇ ਵੱਡੇ ਹੋ ਕੇ ਮੰਤਰੀ ਬਣ ਜਾਂਦੇ ਆ ਤੇ ਫਿਰ ਇਹੀ ਅਧਿਆਪਕਾ ਨੂੰ ਤੰਗ ਕਰਦੇ ਆ ਵਾਕਈ ਫਿਰ ਉਹ ਪਤਾ ਕੀ ਹੈ ਇਹੀ ਮੰਤਰੀ ਜਿਹੜੇ ਫਿਰ ਉਹ ਕਹਿੰਦੇ ਨੇ ਵੀ ਕੋਈ ਗੱਲ ਨਹੀਂ ਜਦੋਂ ਨਿੱਕੇ ਹੁੰਦੇ ਨੇ ਵੀ ਕੋਈ ਗੱਲ ਨਹੀਂ ਹੁਣ ਕੁੱਟ ਲੋ ਮੁੜ ਕੇ ਜਦੋਂ ਕਿਤੇ ਉਹ ਘੜੇ ਵਾਲੇ ਚੌਂਕ ਦੇ ਵਿੱਚ ਆਏ ਨਾ ਚੰਡੀਗੜ੍ਹ ਫਿਰ ਤੁਹਾਨੂੰ ਦੱਸਾਂਗੇ ਤੁਸੀਂ ਆਪੇ ਹੀ ਘੜਾ ਬਣਾ ਤਾਂ ਉਹਨੂੰ ਮਟਕਾ ਚੌਂਕ ਕਹਿੰਦੇ ਆ ਦੇਖੋ ਮਟਕਾ ਹਿੰਦੀ ਦਾ ਲਫ਼ਜ਼ ਆ ਮੈਂ ਪੰਜਾਬੀ ਨੂੰ ਪ੍ਰੇਮ ਕਰ ਰਹੀ ਆਈ ਕਹਿੰਦੇ ਫਿਰ ਫੁੱਟ ਤੋਂ ਫਿਰ ਤੋੜੇ ਵਾਲਾ ਚੌਂਕ ਕਹਿੰਦੇ ਤੋੜੇ ਵਾਲਾ ਚੌਂਕ ਅੱਛਾ ਮੈਂ ਜਿਹੜੇ ਨੰਨੇ ਮੁੰਨੇ ਬੱਚੇ ਦੀ ਗੱਲ ਕਰਦੀ ਸੀ ਹਾਂਜੀ ਇੱਕ ਵੀਡੀਓ ਪਹੁੰਚੀ ਸਾਡੇ ਤਾਈ ਉਹ 9 ਮਹੀਨੇ ਦਾ ਬੱਚਾ ਹਾਂ 8-9 ਮਹੀਨੇ ਦਾ ਬੱਚਾ ਹੈ ਉਹ ਵੀਡੀਓ ਤੁਸੀਂ ਸਾਡੇ ਜਿਹੜਾ ਫੇਸਬੁੱਕ ਪੇਜ ਹੈ ਉਹਦੇ ਉੱਪਰ ਦੇਖ ਵੀ ਸਕਦੇ ਹੋ ਤੇ ਉਹ ਬੱਚਾ ਜਿੰਨਾ ਖੁਸ਼ ਹੁੰਦਾ ਹਾਂ ਹਾਂ ਪ੍ਰੋਗਰਾਮ ਨੂੰ ਵੇਖ ਕੇ ਹਨਾ ਮੇਰਾ ਦਿਲ ਕਰ ਰਿਹਾ ਸੀ ਵੀ ਵਿੱਚ ਹੀ ਜਾ ਕੇ ਚੱਕ ਲਵਾਉ ਉਹਨੂੰ ਨੇ ਬੱਚਾ ਹੈ ਹੀ ਬਹੁਤ ਪਿਆਰਾ ਵੈਸੇ ਤਾਂ ਬੱਚੇ ਸਾਰੇ ਹੀ ਪਿਆਰੇ ਹੁੰਦੇ ਆ ਤੇ ਇਹਨਾਂ ਬੱਚਿਆਂ ਤੋਂ ਸਭ ਕੁਝ ਕੁਰਬਾਨ ਹੂੰ ਤੇ ਜਦੋਂ ਬੱਚੇ ਨਾ ਤੋਤਲੀਆਂ ਜੀਆਂ ਗੱਲਾਂ ਕਰਦੇ ਆ ਜਾਂ ਜਦੋਂ ਰੁੱੜ ਰੁੱੜ ਕੇ ਕਿਸੇ ਚੀਜ਼ ਨੂੰ ਹੱਥ ਪਾਉਂਦੇ ਆ ਤਾਂ ਫਿਰ ਜੀ ਬੜਾ ਲੱਗਦਾ ਵਾਕਈ ਤੇ ਬੜੀ ਖੁਸ਼ੀ ਹੋਈ ਇਸ ਚੀਜ਼ ਦੀ ਬੜਾ ਆਪਣੇ ਆਪ 'ਚ ਮਾਣ ਵੀ ਮਹਿਸੂਸ ਹੋਇਆ ਕਿ ਚਲੋ ਇੰਨੇ ਕੈਲੋ ਵੀ ਇੰਨੇ ਸਮੇਂ ਦੇ ਵਿੱਚ ਅਸੀਂ ਹਰੇਕ ਵਰਗ ਦੇ ਵਿੱਚ ਪ੍ਰਾਈਮ ਏਸ਼ੀਆ ਟੀਵੀ ਚਾਹੇ ਉਹ ਬਜ਼ੁਰਗ ਨੇ ਚਾਹਇਓ ਬੱਚੇ ਨੇ ਚਾਹਇਓ ਜਵਾਨ ਨੇ ਅਸੀਂ ਹਰੇਕ ਦੇ ਦਿਲਾਂ ਦੇ ਵਿੱਚ ਥਾਂ ਬਣਾਉਣ ਦੇ ਵਿੱਚ ਕਾਮਯਾਬ ਹੋਇਆ ਤੇ ਇਹ ਸਿਰਫ ਤੁਹਾਡੇ ਪਿਆਰ ਦੇ ਸਦਕਾ ਹੋਰ ਕੋਈ ਕਾਰਨ ਨਹੀਂ ਹੈ ਬਾਕੀ ਚਾਹ ਦੇ ਵਿਚਾਰ ਦੀ ਸੰਜ ਹੁਣ ਪਈ ਹੈ ਜਾਂ ਵਕਫੇ ਤੋਂ ਬਾਅਦ ਨਹੀਂ ਨਹੀਂ ਆਪਾਂ ਗੱਲ ਲੰਮੀ ਖਿੱਚ ਲਈ ਜੀ ਇਸ ਕਰਕੇ ਥੋੜਾ ਜਿਹਾ ਵਕਫਾ ਲੈ ਲੀਏ ਹਾਂ ਫੇਰ ਚਾਹ ਦੇ ਵਿਚਾਰ ਸੰਜਾ ਕਰਾਂਗੇ ਜੀ ਹੁਣ ਵਾਰੀ ਆ ਗਈ ਹੈ ਚਾਹ ਦੇ ਵਿਚਾਰ ਦੀ ਜੀ ਅੱਜ ਜਿਹੜਾ ਅਸੀਂ ਚਾਹ ਦਾ ਵਿਚਾਰ ਤੁਹਾਡੇ ਸਾਰਿਆਂ ਦੇ ਲਈ ਲੈ ਕੇ ਆਏ ਹਾਂ ਉਹ ਕੋ ਇਸ ਤਰ੍ਹਾਂ ਇਹ ਕਹਿੰਦੇ ਕਿ ਕਿ ਥੋੜਾ ਲੰਬਾ ਸੀ ਤੇ ਮੈਂ ਲੈ ਕੇ ਲਿਆ ਆ ਜੀ ਉਹ ਇਸ ਤਰ੍ਹਾਂ ਕਹਿੰਦੇ ਵੀ ਕੰਮ 'ਚ ਧਿਆਨ ਰੱਖੋ ਹੂੰ ਦੁਨੀਆ ਦਾ ਗਿਆਨ ਰੱਖੋ ਕੰਮ 'ਚ ਧਿਆਨ ਰੱਖੋ ਦੁਨੀਆ ਦਾ ਗਿਆਨ ਰੱਖੋ ਦਿਮਾਗ ਨੂੰ ਠੰਡਾ ਰੱਖੋ ਬਿਲਕੁਲ ਦਿਲ 'ਚ ਰਹਿਮ ਰੱਖੋ ਹੂੰ ਜ਼ੁਬਾਨ ਨੂੰ ਨਰਮ ਰੱਖੋ ਤੇ ਅੱਖਾਂ 'ਚ ਸ਼ਰਮ ਰੱਖੋ ਹੂੰ ਫੇਰ ਵਖਿਓ ਜ਼ਿੰਦਗੀ ਜੀਉਣ ਦਾ ਨਜ਼ਾਰਾ ਬਿਲਕੁਲ ਜੀ ਗੱਲ ਥੋੜੀ ਸਹੀ ਆ ਤੇ ਜੇਕਰ ਇਹ ਸਾਰੀਆਂ ਗੱਲਾਂ ਮੰਨੀਆਂ ਜਾਣ ਜੀ ਇਹ ਤਾਂ ਹੀ ਆ ਨਾ ਇਹ ਸਾਰੀਆਂ ਗੱਲਾਂ ਮੰਨਣੀਆਂ ਬੜੀਆਂ ਔਖੀਆਂ ਵਾਕੇ ਇਹਨਾਂ ਸਾਰੀਆਂ ਗੱਲਾਂ ਦੇ ਉੱਤੇ ਅਮਲ ਕਰਨਾ ਬੜਾ ਔਖਾ ਇਹ ਨਾ ਉਦਾਂ ਹੀ ਐ ਵੀ ਜਿਵੇਂ ਉਹ ਨਾ ਕਿਤੇ ਸੇਲ ਲੱਗੀ ਹੋਵੇ ਕਿਤੇ ਹਨਾ ਕਹਿ ਲੋ ਵੀ ਜੇ ਸਸਤੇ ਭਾਅ ਦੇ ਉੱਪਰ ਕੱਪੜੇ ਜਿਹੜੇ ਨੇ ਉਹ ਵੇਚਣ ਦੀ ਪ੍ਰਕਿਰਿਆ ਚੱਲ ਰਹੀ ਹੋਵੇ ਤਾਂ ਉੱਥੇ ਪਹਿਲਾਂ ਤਾਂ ਲਿਖਿਆ ਹੁੰਦਾ 50% ਆਫ ਫਲੈਟ 50% ਆਫ 60% ਆਫ ਹੈ ਨਾ ਤੇ ਥੱਲੇ ਨਿੱਕਾ ਜਿਹਾ ਇੱਕ ਤਾਰਾ ਜਾਂ ਲੱਗ ਕੇ ਲਿਖਿਆ ਹੁੰਦਾ ਟਰਮਸ ਐਂਡ ਕੰਡੀਸ਼ਨਸ ਅਪਲਾਈ ਨਿਯਮ ਅਤੇ ਸ਼ਰਤਾਂ ਲਾਗੂ ਹਾਂ ਤੇ ਉਹ ਨਿਯਮ ਸ਼ਰਤਾਂ ਇੰਨੇ ਸਖਤ ਹੁੰਦੇ ਨੇ ਮੈਂ ਤਾਂ ਇਹ ਫਲੈਟ ਕਿੰਨੇ ਸਮਾਨ ਦੀ ਖਰੀਦਾਰੀ ਦੇ ਉੱਤੇ ਫਲੈਟ ਮਿਲਦਾ ਨਹੀਂ ਉਹ ਇਦਾਂ ਹੁੰਦਾ ਨਾ ਕਿ ਤੁਸੀਂ ਜਿੱਦਾ ਕੋਈ ਵੀ ਚੀਜ਼ ਲੈਣੇ ਉਹਦੇ ਤੇ ਫਲੈਟ 50% ਫਲੈਟ 40% ਫਲੈਟ ਮੈਂ ਵੀ ਉਹੀ ਗੱਲ ਪੁੱਛਦਾ ਨਾ ਮੇਰੇ ਵੀਰ ਜੀ ਵੀ ਅਸੀਂ 5000 ਦੀ ਚੀਜ਼ ਲਈਏ ਦੋ ਕਮਰਿਆਂ ਵਾਲਾ ਫਲੈਟ ਤਾਂ ਮਿਲਦਾ ਜਾਂ ਕਿਵੇਂ ਨਾਲ ਚੌਂਕੀਦਾਰ ਵੀ ਦਿੰਦ ਨੇ ਇਹ ਤਾਂ ਬੜੀ ਵਧੀਆ ਗੱਲ ਆ ਰਸੋਈ ਠੀਕ ਹੁੰਦੀ ਹੈ ਬਹੁਤ ਵਧੀਆ ਫੁੱਲੀ ਫਰਨੀਸ਼ਡ ਕਰ ਫੁੱਲੀ ਫਰਨੀਸ਼ਡ ਕਰ ਮਤਲਬ ਸਾਰਾ ਤੁਹਾਨੂੰ ਸਿਰਫ ਕੱਪੜੇ ਲਿਜਾ ਕੇ ਰੱਖਣ ਦੀ ਲੋੜ ਹੁੰਦੀ ਹੈ ਅੱਛਾ ਤੇ ਬਾਕੀ ਸਾਰਾ ਕੁਝ ਉਹ ਵਿੱਚ ਹੀ ਦਿੰਦ ਨੇ ਠੀਕ ਹੂੰ ਬਹੁਤ ਅੱਛੀ ਗੱਲ ਹੈ ਤੁਹਾਨੂੰ ਅੱਜੀ ਲੈ ਕੇ ਚੱਲਾਂ ਖਰੀਦਦਾਰੀ ਦੇ ਨਹੀਂ ਨਹੀਂ ਮੇਰੇ ਕੋਲ ਤਾਂ ਹੈਗਾ ਮੈਂ ਆਪਦੇ ਉਸ ਘਰ ਦੇ ਵਿੱਚ ਸੀ ਫਲੈਟ ਦਾ ਮੌਕਾ ਗੁਆ ਰਹੇ ਹਾਂ ਹਾਂ ਵਾਹ ਵੇਖ ਲਓ ਹਾਂ ਹਾਂ ਠੀਕ ਹੈ ਪਤਾ ਨਹੀਂ ਕਿੰਨੇ ਫਲੈਟ ਢੀਕ ਰਹੇ ਨੇ ਇਹ ਤਾਂ ਇੱਕ ਚੀਜ਼ ਤੇ ਫਲੈਟ 50% ਵਿੱਚ ਕਿਹਾ ਜਦੋਂ ਸਾਰੇ ਉਸ ਬਾਜ਼ਾਰ ਦੇ ਵਿੱਚ ਜਾ ਕੇ ਵੇਖੋਗੇ ਉਹ ਮੇਰੇ ਵੀਰ ਤੁਸੀਂ ਨਾ ਮੈਨੂੰ ਪਰਖੀ ਜਾਂਦੇ ਮੈਂ ਤੁਹਾਨੂੰ ਪਰਖੀ ਜਾਂਦਾ ਮੈਨੂੰ ਪਤਾ ਫਲੈਟ ਹੋ ਨਹੀਂਗਾ ਮੈਨੂੰ ਪਤਾ ਜਦੋਂ ਸੇਲ ਲੱਗਦੀ ਹੈ ਜਦੋਂ ਕਿਸੇ ਚੀਜ਼ ਦਾ ਭਾਅ ਘਟਾਉਂਦੇ ਆ ਉਦੋਂ ਬਾਹਰ ਮੋٹے ਅੱਖਰਾਂ ਚ ਲਿਖਦੇ ਆ ਫਲੈਟ 50% 30% 25% ਦੋ ਤਰ੍ਹਾਂ ਦਾ ਹੁੰਦਾ ਇੱਕ ਅਪ ਟੂ ਇੱਕ ਫਲੈਟ ਇੱਕ ਹੁੰਦਾ ਵੱਧ ਤੋਂ ਵੱਧ ਇੱਕ ਹੁੰਦਾ ਘੱਟ ਤੋਂ ਘੱਟ ਇੱਕ ਹੁੰਦਾ ਇਕਮੁਸ਼ਤ ਆ ਵੀ ਇੰਨਾ ਪੁੱਕਾ ਪੁੱਕਾ ਜੀ ਸੋ ਮਤਲਬ ਦੇਖ ਲਓ ਜੇ ਫਲੈਟ ਫਲੂਟ ਲੈਣੇ ਕਈ ਫਲੈਟ ਨੂੰ ਦੇਖਦੇ ਮੈਂ ਕੀ ਕਰਨੇ ਫਲੈਟ ਕਿਉਂ ਮੈਂ ਹਿੱਸਿਆਂ ਦੇ ਵਿੱਚ ਥੋੜੀ ਸੌਣਾ ਅੱਛਾ ਲੱਤਾਂ ਮੇਰੀਆਂ ਇੱਥੇ ਸੌਣ ਗਰਦ ਧੋਣ ਮੇਰੀ ਉੱਥੇ ਸੌਵੇਂ ਮੈਂ ਇੱਕ ਥਾਂ ਦੇ ਉੱਤੇ ਸੌਣਾ ਆਪਾਂ ਕਿਰਾਏ ਤੇ ਰਹਿਾਂਗੇ ਉਹ ਨਹੀਂ ਨਹੀਂ ਭਰਾਵਾ ਮੈਂ ਇੰਨੀ ਗੱਲ ਨਹੀਂ ਕਰਨਾ ਤੁਸੀਂ ਉੱਥੇ ਮੇਰਾ ਅਕਾਊਂਟ ਦੇ ਦਿਓ ਤੁਸੀਂ ਚੱਜਦੇ ਵਿਚਾਰਦੇ ਫਲ ਕਿਉਂ ਨਹੀਂ ਧਿਆਨ ਕੇਂਦਰਿਤ ਕਰ ਲਈ ਤੁਸੀਂ ਫਲੈਟ ਤੇ ਲੈ ਕੇ ਗਏ ਸੀ ਮੇਰੀ ਸ਼ਾ ਲਾਲਚ ਦੀ ਗੱਲ ਦੇਖੋ ਕੀ ਲੈ ਜਾਣਾ ਦੁਨੀਆ ਤੋਂ ਬੰਦਾ ਜੋ ਵੀ ਹੈ ਉਹ ਜਿੰਦਿਆਂ ਚੀ ਹੈ ਕੱਟਾ ਕਰ ਲਓ ਪਰ ਮੈਂ ਸੱਚ ਮੈਨੂੰ ਇੱਕ ਚੀਜ਼ ਚੱਤੇ ਆ ਗਈ ਹਾਸਾ ਮਜ਼ਾਕ ਇੱਕ ਬੰਨੇ ਪਰ ਇੱਕ ਤਸਵੀਰ ਵੇਖੀ ਮੈਂ ਉਹ ਤਸਵੀਰ ਵੇਖ ਕੇ ਮੈਂ ਵਾਕਈ ਬੜੀ ਖੁਸ਼ ਹੋਈ ਤੇ ਮੈਂ ਇਸ ਚੀਜ਼ ਕਹਿ ਲਓ ਵੀ ਸੋਚਾਂ ਦੇ ਵਿੱਚ ਵੀ ਜ਼ਰੂਰ ਡੁੱਬ ਗਈ ਉਹ ਤਸਵੀਰ ਇਦਾਂ ਸੀ ਕਿ ਇਦਾਂ ਨਾ ਸਵਰਗ ਦਾ ਦਰਵਾਜ਼ਾ ਹੈ ਤੇ ਉਧਰ ਨੂੰ ਇੱਕ ਬੰਦਾ ਹੱਥਾਂ ਦੇ ਵਿੱਚ ਦੋਵੇਂ ਟੈਚੀ ਚੱਕ ਕੇ ਜਾ ਰਿਹਾ ਹੈ ਜਿਹਦੇ ਟੈਚੀ ਦੇ ਵਿੱਚੋਂ ਨੋਟ ਡਿੱਗਦੇ ਪੈਣ ਹੂੰ ਮੋਰੇ ਜਿਹੜਾ ਯਮਦੂਤ ਕਹਿ ਲਓ ਜਾਂ ਜਿਹਨੇ ਉੱਥੇ ਸਵਾਗਤ ਕਰਨਾ ਹੈ ਹਨਾ ਉਹ ਖੜਾ ਹੈ ਹੱਥ ਦੇ ਵਿੱਚ ਉਹ ਛੁਰਾ ਜਾਂ ਵੱਡਾ ਸਾਰਾ ਲੈ ਕੇ ਹੈਨਾ ਤੇ ਉਹ ਉਸ ਬੰਦੇ ਨੂੰ ਕਹਿ ਰਿਹਾ ਸੌਰੀ ਸਰ ਨੋ ਬੈਗੇਜ ਅਲਾਉਡ ਮਤਲਬ ਕਿ ਤੁਹਾਡਾ ਕੋਈ ਵੀ ਸਮਾਨ ਤੁਹਾਡੇ ਨਾਲ ਨਹੀਂ ਜਾ ਸਕਦਾ ਹਨਾ ਸੋ ਤਸਵੀਰ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਸਨੇਹਾ ਦਿੰਦੀ ਆ ਵੀ ਆਪਾਂ ساری ਉਮਰ ਕਿੰਨਾ ਕੁਝ ਇਕੱਠਾ ਕਰਨ ਦੀ ਦੌੜ ਦੇ ਵਿੱਚ ਲੱਗੇ ਰਹਨੇ ਆ ਪਰ ਜਦੋਂ ਇਸ ਦੁਨੀਆ ਤੋਂ ਜਾਣਾ ਤੇ ਹੱਥ ਖਾਲੀ ਬਿਲਕੁਲ ਤੁਹਾਡੀ ਗੱਲ ਸਹੀ ਆ ਪਰ ਬੇਨਤੀ ਮੇਰੀ ਸਾਰਿਆਂ ਨੂੰ ਇਹ ਆ ਧਰਮ ਰਾਜ ਤੋਂ ਕੋਈ ਡਰਨ ਦੀ ਲੋੜ ਨਹੀਂ ਹਾਂ ਜਮਦੂਤ ਤੋਂ ਕੋਈ ਡਰਨ ਦੀ ਲੋੜ ਨਹੀਂ ਜੀ ਕੋਈ ਤਾਂ ਤਤੇਕ ਤੇਲ ਦੇ ਖੜਾਈ ਹੈ ਨਹੀਂ ਗੇ ਹਾਂ ਕੋਈ ਤੁਹਾਨੂੰ ਪੁੱਠਾ ਟੰਗ ਕੇ ਖਲ ਨਹੀਂ ਲਾਉਂਦਾ ਹੂੰ ਇੱਥੇ ਹੀ ਆ ਸਾਰਾ ਕੁਝ ਜੀ ਇੱਥੇ ਹੀ ਸਵਰਗ ਆ ਇੱਥੇ ਹੀ ਨਰਕ ਆ ਇੱਥੇ ਬੰਦਾ ਬਣ ਕੇ ਤੇ ਬੰਦੇ ਨੇ ਕੰਮ ਆਓ ਹੂੰ ਔਰਤਾਂ ਨੂੰ ਪਹਿਣਾ ਨੂੰ ਬੇਨਤੀ ਆ ਉਹ ਵੀ ਔਰਤਾਂ ਦੇ ਕੰਮ ਆਉਣ ਮਨੁੱਖ ਹੋਣ ਦਾ ਫਰਜ਼ ਨਿਭਾਓ ਗੱਲ ਖਤਮ ਵਾਕਈ ਇਹ ਸਾਰੇ ਵੈਂਪਰ ਹਮਨੇ ਪਰ ਹਾਂ ਸੁਨੇਹਾ ਜ਼ਰੂਰ ਅੱਛਾ ਲੱਗਿਆ ਮੈਨੂੰ ਲੋਬੀ ਹਾਜ਼ਰੇ ਜੱਜ ਦਾ ਵਿਚਾਰ ਲੋਬੀ ਹਰਮਨਜੀ ਪੁਲਿਸ ਦੇ ਉੱਤੇ ਬੜੇ ਦੋਸ਼ ਲੱਗਦੇ ਆ ਜੀ ਵੀ ਇਹ ਕੋਈ ਚੀਜ਼ ਲੱਭ ਕੇ ਨਹੀਂ ਦਿੰਦੀ ਹੂੰ ਪੰਜਾਬ ਦੇ ਵਿੱਚ ਵੀ ਹਰ ਰੋਜ਼ ਚੋਰੀਆਂ ਹੁੰਦੀਆਂ ਜੀ ਬਾਕੀ ਸੂਬਿਆਂ ਦੇ ਵਿੱਚ ਵੀ ਹੁੰਦੀਆਂ ਕੱਲੇ ਪੰਜਾਬ 'ਚ ਹੀ ਕਿਉਂ ਪਰ ਪੁਲਿਸ ਸਾਰੇ ਸੂਬਿਆਂ ਦੀ ਤਕਰੀਬਨ ਤਕਰੀਬਨ 19 21 ਦੇ فاਸਲੇ ਨਾਲ ਇੱਕੋ ਜਿਹੀ ਆ ਉਹ ਤਾਂ ਹੈ ਹੀ ਆ ਪਤਾ ਲੱਗਾ ਹੁਣ ਨਾਗਪੁਰ ਦੇ ਵੱਲ ਨਾ ਇੱਕ ਮੁੰਡੇ ਨੇ ਪੁਲਿਸ ਦੇ ਕੋਲੇ ਸ਼ਿਕਾਇਤ ਦਰਜ ਕਰਵਾਈ ਆ ਜੀ ਕਹਿੰਦਾ ਵੀ ਮੇਰੀ ਬੇਸ਼ਕੀਮਤੀ ਚੀਜ਼ ਚੋਰੀ ਹੋ ਗਈ ਆ ਹੂੰ ਮੈਨੂੰ ਲੱਭ ਕੇ ਦਿਓ ਹੂੰ ਪੁਲਿਸ ਲੱਭਦੀ ਨਹੀਂ ਉਹ ਫੇਰ ਜਾ ਖੜਦਾ ਥਾਣੇ ਉਹ ਫੇਰ ਵੀ ਲੱਭਦੀ ਫੇਰ ਚੌਥੇ ਦਿਨ ਜਾ ਕੇ ਥਾਣੇ ਜਾ ਖੜਦਾ ਜਿੱਦੀ ਚੀਜ਼ ਗਵਾਚੀ ਹੈ ਹੁਣ ਉਹ ਤਾਂ ਥਾਣੇ ਜਾ ਕੇ ਬਵਾਦਦਾ ਹੁਣ ਕੀ ਦੀ ਇਹੋ ਜੀ ਗਵਾਚੀ ਹੈ ਭੜੂਏ ਦੀ ਵੀ ਉਹ ਕਦੇ ਲੱਭ ਹੀ ਨਹੀਂ ਸਕਦੀ ਨਹੀਂ ਪਰ ਐਸੀ ਕਿ ਉਹਨੇ ਸ਼ਿਕਾਇਤ ਲਿਖਤੀ ਰੂਪ ਦੇ ਵਿੱਚ ਦਿੱਤੀ ਆ ਜੀ ਕਹਿੰਦਾ ਵੀ ਮੈਂ ਇੱਕ ਦਿਨ ਖੜਾ ਸੀ ਗਲੀ ਗਵਾਨ ਦੇ ਵਿੱਚ ਆਹਾਂ ਇੱਕ ਨੀਲੇ ਨੈਣਾਵਾਂ ਵਾਲੀ ਬੀਬੀ ਲੰਗੀ ਆਏ ਹਾ ਇਹ ਲਮਸਲਮੀ ਹਿਰਨੀ ਵਰਗੀ ਉਹਦੀ ਚਾਲ ਵਾ ਵਾ ਕਮਾਲ ਸੀ ਉਹਦੀ ਖੂਬਸੂਰਤੀ ਹਾਂ ਤੇ ਉਹਨੇ ਮੇਰੇ ਵੱਲ ਦੇਖਿਆ ਹਮ ਸ਼ਰਾਰਤ ਭਰੀ ਅੱਖ ਦੇ ਨਾਲ ਹਮ ਤੇ ਉਸ ਤੋਂ ਬਾਅਦ ਮੁਸਕਰਾਈ ਹਮ ਮੇਰੀ ਜਾਨ ਕੱਢ ਕੇ ਲੈ ਗਈ ਮੇਰਾ ਦਿਲ ਲੁੱਟ ਕੇ ਲੈ ਗਈ ਹੈ ਮੇਰਾ ਦਿਲ ਚੋਰੀ ਹੋ ਗਿਆ ਕਿਰਪਾ ਕਰਕੇ ਇਸ ਕੁੜੀ ਨੂੰ ਲੱਭਿਆ ਜਾਵੇ ਮੇਰਾ ਦਿਲ ਵਾਪਸ ਕਰਵਾਇਆ ਜਾਵੇ ਉਹ ਤੇਰੀ ਕਹਿੰਦਾ ਜੀ ਚੋਰੀ ਹੋਈ ਆ ਸਮਾਨ ਦਾ ਤਾਂ ਕੋਈ ਮੁੱਲ ਹੁੰਦਾ ਕੋਈ ਲੱਖ ਦਾ ਕੋਈ 20000 ਦਾ ਕੋਈ 50000 ਦਾ ਹੋਊਗਾ ਪਰ ਇਹ ਮੇਰਾ ਦੇਖੋ ਕਰੋੜਾ ਰੁਪਏ ਦਾ ਦਿਲ ਚੋਰੀ ਕਰਕੇ ਲੈ ਗਿਆ ਇਹ ਲਭ ਕੇ ਦਿੱਤੀ ਜਾਵੇ ਨਹੀਂ ਕਰੋੜਾ ਰੁਪਏ ਵੀ ਕਾਦੇ ਬੇਸ਼ਕੀਮਤੀ ਹੈ ਹੈ ਨਾ ਤੇ ਉਹ ਤਾਂ ਮੈਨੂੰ ਲੱਗਦਾ ਉਹ ਗਾਣੇ ਵਾਲੀ ਗੱਲ ਹੋਗੀ ਨਾ ਵੀ ਦਿਲ ਚੋਰੀ ਸਾਡਾ ਹੋ ਗਿਆ ਓਏ ਕੀ ਕਰੀਏ ਕੀ ਕਰੀਏ ਬਿਲਕੁਲ ਜੀ ਇਹ ਹੰਸਰਾ ਜਹੰਸ ਹੋਰਾਂ ਨੇ ਗੀਤ ਗਾਇਆ ਸੀ ਉਹ ਮੈਡਮ ਤੇਰੀ ਚਾਲ ਤੇਰੇ ਸਿਲਕੀ ਸਿਲਕੀ ਬਾਲ ਅਬ ਮੈਂ ਇਸੇ ਜਿਆਦਾ ਕੱਕ ਹੂੰ ਮੈਂ ਨਸ਼ੇ ਮਟਲੀ ਹੋ ਗਿਆ ਓ ਕੀ ਕਰੀਏ ਕੀ ਕਰੀਏ ਵਾਹ 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 ਕੀ ਬਾਤ ਹੈ ਹਾਂ ਦੇਖੋ ਹੁਣ ਤੱਕ ਇਸ ਗਾਣੇ ਨੂੰ ਤਿੰਨ ਤਰ੍ਹਾਂ ਦੇ ਨਾਲ ਹੀ ਪੇਸ਼ ਕੀਤਾ ਗਿਆ ਪਹਿਲਾ ਹੰਸਰਾ ਜਹਾਂਸੋਰਾ ਨੇ ਕੀਤਾ ਸੀ ਉਹਦੇ ਤੋਂ ਬਾਅਦ ਉਹਨਾਂ ਦੇ ਪੁੱਤਰ ਯਵਰਾਜ ਹੰਸੋਰਾ ਨੇ ਕੀਤਾ ਸੀ ਆ ਤੀਜੀ ਵਾਰੀ ਤੁਸੀਂ ਖ਼ਬਰੀ ਭਾਜਲਜ ਕਰ ਦਿੱਤਾ ਮਤਲਬ ਇਹ ਤਾਂ ਕਮਾਲ ਸੀ ਕਿ ਤੇ ਮੈਂ ਤਾਂ ਹਲੇ ਤੱਕ ਨਗਪੁਰ ਦੀ ਪੁਲਿਸ ਦਾ ਧੰਨਵਾਦੀ ਆ ਜਿਨ੍ਹਾਂ ਨੇ ਲੰਮਾ ਪਾ ਕੇ ਇਸ ਮੁੰਡੇ ਨੂੰ ਦਿਲ ਲੱਭ ਕੇ ਨਹੀਂ ਦਿੱਤਾ ਜੇ ਕਿਤੇ ਪੰਜਾਬ ਦੇ ਵਿੱਚ ਹੁੰਦਾ ਤਾਂ ਦੂਜੀ ਵਾਰ ਇਹ ਥਾਣੇ ਜਾਂਦਾ ਤੇ ਹੁਣ ਤੱਕ ਇਹਨੇ ਦਿਲ ਪਤਾ ਨਹੀਂ ਕਿੱਥੇ ਕਿੱਥੇ ਬਣਿਆ ਹੋਣਾ ਸੀ ਵਾਕਈ ਤੇ ਫਿਰ ਪੰਜਾਬ ਪੁਲਿਸ ਨੇ ਕਹਿਣਾ ਸੀ ਓਏ ਛੋਟੂ ਪੰਜਾਬ ਪੁਲਿਸ ਦਿਲ ਵੀ ਲੱਭ ਦਿੰਦੀ ਬਿਲਕੁਲ ਕਿਤੇ ਇਹਦੇ ਉੱਥੇ-ਉੱਥੇ ਪਟੇ ਵੱਜਣੇ ਸੀ ਜਿੱਥੇ-ਜਿੱਥੇ ਪੱਟੀ ਨਹੀਂ ਹੁੰਦੀ ਜਿੱਥੇ-ਜਿੱਥੇ ਮੱਲਮ ਨਹੀਂ ਲੱਗ ਸਕਦੀ ਫਿਰ ਮੁੜ ਕੇ ਇਹਨੇ ਗਾਣਾ ਗਾਉਣਾ ਸੀ ਦਿਲ ਕੇ ਅਰਮਾਂ ਸੂ ਮੇ ਬਹਿ ਗਏ ਬਿਲਕੁਲ ਸਹੀ ਗੱਲ ਆ ਸੋ ਇਹੋ ਜਿਹੀਆਂ ਉਦਾਹਰਨਾਂ ਸਾਹਮਣੇ ਆਉਂਦੀਆਂ ਇਹ ਨਾ ਅਵੱਲੇ ਇਸ਼ਕ ਅਵੱਲੀ ਪਿਆਰ ਮੁਹੱਬਤ ਦੀ ਅੱਗ ਲੋਕਾਂ ਦੇ ਵਿੱਚੋਂ ਲੱਭਦੀ ਆ ਮਜ਼ੱਫਰ ਨਗਰ ਦੇ ਵਿੱਚ ਇੱਕ ਕੁੜੀ ਨੇ ਮੁੰਡੇ ਨੂੰ ਕਿਹਾ ਵੀ ਆਪਾਂ ਨੂੰ 6-7 ਵਾਰੇ ਹੋ ਗਿਆ ਮਿਲਦੇ ਆ ਚੋਰੀ ਤੇ ਹੁਣ ਤੂੰ ਦੁੱਕੀ ਦਾ ਕੰਮ ਕਰ ਲੈ ਡੱਕਾ ਤੋੜ ਕੇ ਤੂੰ ਦੂਰਾ ਨਹੀਂ ਕਰਦਾ ਆਪਾਂ ਸਾਰੀ ਜ਼ਿੰਦਗੀ ਕਿਵੇਂ ਕੱਟਾਂਗੇ ਜਾਂ ਪਹਿਲਾਂ ਨੌਕਰੀ ਕਰ ਮੈਨੂੰ ਫੇਰ ਮਿਲੀ ਤੇ ਮੁੰਡੇ ਨੇ ਗੁੱਸੇ ਚ ਆ ਕੇ ਕੁੜੀ ਦੇ ਸਿਰ 'ਤੇ ਥੋੜਾ ਮਾਰਤਾ ਕੁੜੀ ਹੋ ਗਈ ਜ਼ਖਮੀ ਉਹ ਚਲੇਗੀ ਹਸਪਤਾਲ ਦੇ ਵਿੱਚ ਮੁੰਡੇ ਦੇ ਉੱਤੇ ਪਰਚਾ ਦਰਜ ਹੋ ਗਿਆ ਹੁਣ ਮੁੰਡਾ ਕਹਿੰਦਾ ਮੇਰਾ ਤਾਂ ਪਿਆਰ ਹੈ ਹੀ ਆ ਤੂੰ ਤਾਂ ਨਾ ਜਿਹੜਾ 7 ਵਾਰੀ ਨਾ ਕੱਢ ਗਿਆ ਨਹੀਂ ਤਾਂ ਹਾਲਾਤ ਤੇਰੇ ਤਾਂ 7 ਮਹੀਨੇ ਵਾਲੇ ਵੀ ਨਹੀਂ ਸੀ ਹਾਂ ਬਿਲਕੁਲ ਤੇ ਮਾਰਿਆ ਵੀ ਉਹ ਨਹੀਂ ਆਏ ਜਿਵੇਂ ਲੋਹਾਰਾ ਦਾ ਮੁੰਡਾ ਹੁੰਦਾ ਸਿਰ 'ਚ ਮਾਰਿਆ ਵਿਚਾਰੀ ਦਾ ਸੋੜਾ ਕੀ ਪਤਾ ਉਹਨੂੰ ਹੁਨਰ ਹੀ ਦਿਖਾਉਂਦਾ ਹੋਵੇ ਮੈਂ ਆਹ ਵਾਲੀ ਨੌਕਰੀ ਕਰ ਸਕਦਾ ਕੁਝ ਵੀ ਹੋ ਸਕਦਾ ਪਰ ਦੇਖੋ ਜੀ ਜੇ ਤੁਹਾਡਾ ਦਿਲ ਚੋਰੀ ਹੋ ਗਿਆ ਇਹਨਾਂ ਜਿਹੜੇ ਪਿਆਰ ਮੁਹੱਬਤ ਆ ਨਾ ਦੇਖੋ ਕਰਨਾ ਤਾਂ ਸਭ ਨੂੰ ਚਾਹੀਦਾ ਤੇ ਸਾਰੇ ਕਰਦੇ ਵੀ ਆ ਕੋਈ ਲਕੋਵੇ ਜਾਂ ਨਾ ਲਕੋਵੇ ਕੋਈ ਮਾਂ ਬਾਪ ਨਾਲ ਕਰਦਾ ਇਹ ਇੱਕ ਉਮਰ ਦੀ ਗੱਲ ਹੁੰਦੀ ਆ ਉਮਰ ਦੇ ਵਿੱਚ ਜਲਾਉ ਹੁੰਦਾ ਉਦੋਂ ਸਮਝ ਘਟ ਹੁੰਦੀ ਆ ਪਰ ਲੱਗਦਾ ਇਹ ਹੁੰਦਾ ਮੇਰੇ ਨਾਲੋਂ ਸਮਝਦਾਰ ਕੌਣ ਵਾਖੀ ਤੇ ਨਾ ਜਦੋਂ ਮੁੰਡੇ ਕੁੜੀਆਂ ਅਰ ਜਾਈ ਦੇ ਵਿੱਚ ਮੂੰਹ ਤੁਨ ਕੇ ਤੇ ਸਾਰੀ ਰਾਤ ਫੋਨ ਤੇ ਗੱਲਾਂ ਕਰਦੇ ਆ ਤੇ ਜਦੋਂ ਕਹਿੰਦੇ ਆ ਵੀ ਭਾਈ ਮੈਂ ਤੇਰੇ ਲਈ ਤਾਰੇ ਤੋੜ ਕੇ ਲਿਆਉਂ ਹਾਂ ਮੈਂ ਤੇਰੇ ਲਈ ਬਸ ਉਹ ਕੁਝ ਕਰ ਲੂ ਜਿਹੜਾ ਹੋਇਆ ਨਹੀਂ ਮੈਂ ਚੰਦ ਤੇਰੀ ਝੋਲੀ ਚ ਪਾ ਦਿਆਂਗੇ ਬਸ ਮੈਂ ਤਾਂ ਨਾ ਕਮਾਲਾਂ ਹੀ ਕਰ ਦਿੰਦਾ ਹੁੰਦਾ ਮੈਂ ਤਾਂ ਸ਼ਕਤੀਮਾਨ ਹੀ ਬਣ ਜੂ ਪਰ ਜਦੋਂ ਕਿਤੇ ਵਿਆਹ ਹੋ ਜਾਂਦਾ ਦਸਾਂ ਦਿਨ ਬਾਅਦ ਫਿਰ ਕਿਹੜੇ ਤਾਰੇ ਹਾਂ ਕਿਹੜੇ ਫੁੱਲ ਹਾਂ ਸਾਰਾ ਕੁਝ ਖਿੰਡ ਜਾਂਦਾ ਵਾਕਈ ਫੇ ਤਾਂ ਪਿੰਡੀਆਂ ਆਲੂਆ ਜੋਗਾ ਹੀ ਰਹਿ ਜਾਂਦਾ ਉਦੋਂ ਕਦੇ ਸੋਚਿਆ ਹੀ ਨਹੀਂ ਹੁੰਦਾ ਇਦਾਂ ਵੀ ਭਾਈ ਇੰਨਾ ਚੀਜ਼ਾਂ ਦੀ ਲੋਡ ਵੀ ਪੈਣੀ ਹੈ ਜ਼ਿੰਮੇਵਾਰੀ ਨਹੀਂ ਨਾ ਪੈਈ ਉਦੋਂ ਸਿਰਫ ਉਹ ਗੱਲਾਂ ਕੀਤੀ ਜਿਹੜੀਆਂ ਚੰਗੀਆਂ ਲੱਗਦੀਆਂ ਉਧਰੋਂ ਵੀ ਉਹ ਜੀਆਂ ਆਉਂਦੀਆਂ ਇਧਰੋਂ ਵੀ ਉਹ ਜੀਆਂ ਜਾਂਦੀਆਂ ਕਹਿੰਦੇ ਨਾ ਵੀ ਇੱਕ ਵਾਰੀ ਇੱਕ ਮੁੰਡਾ ਤੇ ਕੁੜੀ ਆਪਸ ਵਿੱਚ ਗੱਲ ਕਰੀ ਜਾਣ ਜੀ ਮਿੱਤਰ ਬਣੇ ਸੀ ਥੋੜੇ ਦਿਨ ਪਹਿਲਾਂ ਜੀ ਤੇ ਮੁੰਡਾ ਕੁੜੀ ਨੂੰ ਕਹਿੰਦਾ ਵੀ ਤੈਨੂੰ ਘਰੇ ਕੀ ਕਹਿੰਦੇ ਆ ਹੂੰ ਕਹਿੰਦੀ ਮੈਨੂੰ ਕਹਿੰਦੇ ਚੰਨ ਆਏ ਹਾਏ ਤੇ ਕਹਿੰਦੀ ਤੈਨੂੰ ਕੀ ਕਹਿੰਦੇ ਆ ਕਹਿੰਦਾ ਮੈਨੂੰ ਕਹਿੰਦੇ ਨੀਲ ਆਰਮਸਟ੍ਰਾਂਗ ਲੋਕੀ ਹਰਮਨ ਜੀ ਪੰਜਾਬ ਦੇ ਵਿੱਚ ਇੱਕ ਜੱਜਣੀ ਕਹਿੰਦੇ ਬੜੀ ਔਖੀ ਭਾਰੀ ਆ ਜੱਜਣੀ ਕੀ ਹੁੰਦਾ ਜੇ ਜੱਜ ਕਹਿ ਸਕਦੇ ਤਾਂ ਜੱਜਣੀ ਨਹੀਂ ਹੋਊਗੀ ਔਰਤ ਜੇ ਸਪਾਈ ਤੇ ਉਧਰ ਸਪੈਨ ਕਹਿੰਨੇ ਆ ਜੇ ਇਧਰ ਫੌਜੀ ਤੇ ਉਧਰ ਫੌਜਣ ਕਹਿੰਨੇ ਆ ਜੇ ਇਧਰ ਕਹਿੰਨੇ ਆ ਵੀ ਪਾਈਏ ਚੌਂਕੀਦਾਰ ਉਹਨੂੰ ਚੌਂਕੀਦਾਰ ਨਹੀਂ ਕਹਿੰਨੇ ਆ ਤੇ ਇਧਰ ਜੱਜ ਤੇ ਆਪਾਂ ਨੂੰ ਜੱਜਣੀ ਬਣਾਤਾ ਉਹ ਤੇਰੀ ਵਾਹ ਕੀ ਖੋਜ ਕੀਤੀ ਹੈ ਹੁਣ ਤੱਕ ਦੇ ਵਕੀਲ ਨੂੰ ਵਕੀਲਣੀ ਕਹਾਂਗੇ ਆਪਾਂ ਹੁਣ ਤੱਕ ਦੇ ਮਹਾਨ ਖੋਜੀ ਸਵਰਨ ਸਿੰਘ ਟੈਣਾ ਹੋਰੀ ਜਿਨ੍ਹਾਂ ਨੇ ਜੱਜ ਤੋਂ ਜੱਜਣੀ ਬਣਾ ਛੱਡਿਆ ਏ ਮੈਂ ਬਣਾਤਾ ਵੈਰੀ ਗੁੱਡ ਤੇ ਪਰ ਜੱਜਣੀ ਨੂੰ ਕੀ ਹੋਇਆ ਦੇਖੋ ਵੀ ਜੱਜਣੀ ਆ ਨਾ ਜਿਹੜੀ ਇਹਦਾ ਚੱਲਦਾ ਇਹਦੇ ਘਰ ਵਾਲੇ ਦੇ ਨਾਲ ਕੋਈ ਇਟਕੜਕਾ ਅੱਛਾ ਤੇ ਪੰਜ ਸੱਤ ਵਰਿਆਂ ਤੋਂ ਰਹਿੰਦੇ ਅੱਡੋ ਅੱਡ ਅੱਛਾ ਤੇ ਘਰ ਵਾਲਾ ਵਕੀਲ ਆ ਹਾਂ ਆਪ ਜੱਜਣੀ ਆ ਹਾਂ ਬਣਦੀ ਨਹੀਂ ਕਿਸੇ ਵੀ ਗੱਲੋਂ ਚਲੋ ਆਪਾਂ ਇਹਦੇ ਉੱਤੇ ਟਿੱਪਣੀ ਨਹੀਂ ਕਰਦੇ ਬਹੁਤ ਸਾਰੇ ਲੋਕਾਂ ਦੇ ਵਿੱਚ ਪਰਿਵਾਰਕ મતਭੇਦ ਪੈਦਾ ਹੋ ਜਾਂਦੇ ਆ ਜੀ 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 ਲੋ ਜੀ ਬੰਦਾ ਨਿਕਲਿਆ ਸ਼ੈਤਾਨ ਹਾਂ ਕਿਉਂਕਿ ਵਕੀਲ ਵੀ ਆ ਹਾਂ ਤੇ ਕਹਿੰਦੇ ਵੀ ਇਹਨਾਂ ਦੋਹਾਂ ਦਾ ਸਾਂਝਾ ਖਾਤਾ ਸੀ ਹਾਂ ਤੇ ਜਦੋਂ ਹੁਣ ਅੱਡ ਅੱਡ ਰਹਿੰਦੇ ਆ ਤੇ ਫਿਰ ਸਾਂਝੇ ਖਾਤੇ ਦੀ ਦੁਰਵਰਤੋਂ ਤਾਂ ਨਹੀਂ ਹੋਣੀ ਚਾਹੀਦੀ ਨਾ ਵਕੀ ਇਹਨੇ ਜੱਜਣੀ ਵਾਲੇ ਆਪਣੀ ਬੌਟੀ ਵਾਲੇ ਦਸਤਖਤ ਨਕਲੀ ਕਰਕੇ ਤੇ ਪੈਸੇ ਕਢਵਾ ਲਿਓ ਉਸ ਖਾਤੇ ਚ ਅੱਛਾ ਨਾ ਤਾਂ ਇਹਨੂੰ ਸਮਝ ਵਕੀਲ ਹੋਣ ਦੇ ਬਾਵਜੂਦ ਕਿ ਮੈਂ ਗਲਤ ਕੰਮ ਕਰੀ ਜਾਣਾ ਤੇ ਮੈਂ ਫਸ ਜਾਊਂਗਾ ਤੇ ਨਾ ਹੀ ਬੀਬੀ ਦੇ ਜੱਜਣੀ ਨੇ ਇਹਦੇ ਉੱਤੇ ਕੋਈ ਤਰਸ ਖਾਦਾ ਕਹਿੰਦੀ ਜੇਕਰ ਫਿਰ ਤੂੰ ਗਲਤ ਕੰਮ ਕੀਤਾ ਤੈਨੂੰ ਟੰਗ ਦੇਣਾ ਅੱਛਾ ਹੁਣ ਬੰਦੇ ਦੇ ਨੇ ਉਤੇ ਨਾ ਕਹਿੰਦੇ ਆ ਬਈ ਕਸੂਤਾ ਵੇਲਾ ਆ ਗਿਆ ਹਾਂ ਫਣ ਕਹਿੰਦੇ ਨਾ ਵੀ ਇਹਦੇ ਉੱਤੇ ਪਰਚਾ ਦਰਜ ਹੋ ਗਿਆ ਧੋਖਾ ਦੇਹੀ ਦਾ ਹੂੰ ਹੂੰ ਤੇ ਹੁਣ ਇਹਨੂੰ ਸਿੱਧਾ ਕਰ ਦੇਣਾ ਲੈ ਲਓ ਫੇ ਪੰਗਾ ਵੀ ਤਾਂ ਕਿਹਦੇ ਨਾਲ ਲਿਆ ਉਹਨੇ ਗਲਤੀ ਹੈ ਹਨਾ ਪਹਿਲੀ ਚੀਜ਼ ਤਾਂ ਚਲੋ ਅਹੁਦਾ ਜਿਹੜਾ ਮਰਜ਼ੀ ਹੋਵੇ ਪਰ ਇਹ ਜਿਹੜੀ ਕਹੇ ਲੋ ਵੀ ਠੱਗੀ ਮਾਰਨ ਵਾਲੀ ਗੱਲ ਹੈ ਇਹ ਮਾੜੀ ਹੈ ਕਦੇ ਵੀ ਕਿਸੇ ਨੂੰ ਵੀ ਨਹੀਂ ਕਰਨੀ ਚਾਹੀਦੀ ਇਹ ਬਿਲਕੁਲ ਭਾਵੇਂ ਤੁਸੀਂ ਵਕੀਲ ਹੋਵੋ ਭਾਵੇਂ ਪੱਤਰਕਾਰ ਹੋਵੋ ਭਾਵੇਂ ਤੁਸੀਂ ਕੋਈ ਹੋਰ ਵਿਅਕਤੀ ਹੋਵੋ ਜੇਕਰ ਤੁਸੀਂ ਗਲਤ ਕੰਮ ਕਰੋਗੇ ਭਾਈ ਨਤੀਜੇ ਗਲਤ ਹੀ ਨਿਕਲਣਗੇ ਫਿਰ ਤੁਸੀਂ ਆਏ ਨਾ ਕੋਈ ਬੋਟੀ ਤਰਸ ਖਾਊਗੀ ਨਾ ਬੋਟੀ ਸੋਚੇ ਵੀ ਬੰਦਾ ਤਰਸ ਖਾਊਗਾ ਜਦੋਂ ਪੰਗਾ ਹੀ ਪੈ ਗਿਆ ਬਰਾਬਰ ਦਾ ਰੌਲਾ ਹੈਗਾ ਬਰਾਬਰੀ ਭਾਈਦਿਆਂ ਨੂੰ ਵਾਣ ਇੱਕੋ ਜਨੇ ਦੂਰ ਵਾਕੇ ਟਾਂਟੜਾ ਵਾ ਮੈਨੂੰ ਲੱਗਦਾ ਮੋਰੋ ਮਿੱਥਨ ਚੱਕਰਵਰਤੀ ਆਉ ਜੇ ਸਾਹਮਣੇ ਤੁਸੀਂ ਭਾਈਦਾਂ ਨੂੰ ਵਾਣ ਇੱਕੋ ਜੇ ਕੀਤੇ ਫੇ ਕੁਝ ਤਾਂ ਹੋਣਾ ਹੀ ਸੀ ਆ ਦੇਖੋ ਨਾ ਤੇ ਫਿਰ ਜਦੋਂ ਗਲਤ ਕੰਮ ਕੀਤਾ ਤੇ ਐ ਹੀ ਹੋਣਾ ਨਹੀਂ ਬੁਰੇ ਕੰਮ ਦਾ ਬੁਰਾ ਨਤੀਜਾ ਜੇ ਇੱਕ ਵਕੀਲ ਹੋ ਕੇ ਤੁਸੀਂ ਇਹ ਨਹੀਂ ਸਮਝਦੇ ਵੀ 420 ਦਾ ਕੇਸ ਕੀ ਹੁੰਦਾ ਤੇ ਫਿਰ ਤੁਸੀਂ ਲੋਕਾਂ ਨੂੰ ਕੀ ਬਚਾਓਗੇ ਨਹੀਂ ਤੁਸੀਂ ਵਕੀਲ ਹੋ ਕੇ ਇਹ ਨਹੀਂ ਸਮਝਦੇ ਵੀ ਜੱਜ ਦੀ ਪਾਵਰ ਕਿੰਨੀ ਹੁੰਦੀ ਹੈ ਤੇ ਫਿਰ ਤਾਂ ਤੁਸੀਂ ਫਸੋਗੇ ਨਾਲੇ ਸਾਰਾ ਇਹਨਾਂ ਉਹਨਾਂ ਜੱਜਾਂ ਦੇ ਕੋਲ ਹੀ ਤੁਸੀਂ ਲੋਕਾਂ ਦੇ ਕੇਸ ਲੈ ਕੇ ਜਾਂਦੇ ਹੋ ਉੱਥੇ ਹੀ ਬਹਿਸ ਕਰਦੇ ਹੋ ਉੱਥੇ ਕੇਸ ਲੜਦੇ ਹੋ ਤੇ ਆਪ ਵੀ ਉਹੇ ਪੰਗੇ ਲੈ ਜਾਂਦੇ ਹੋ ਵਾਕੇ ਇਹ ਸੋਚ ભાઈ ਜੋ जजਣੀ ਦੇ ਵੱਲੋਂ ਕੀਤਾ ਗਿਆ ਆਪਾਂ ਉਹਦੇ ਹੱਕ ਦੇ ਵਿੱਚ ਆ ਬਿਲਕੁਲ ਹੱਕ ਦੇ ਵਿੱਚ ਜੋ ਵਕੀਲ ਨੇ ਕੀਤਾ ਆਪਾਂ ਉਹਦੇ ਬਿਲਕੁਲ ਖਿਲਾਫ ਆ ਮੈਂ ਬਿਲਕੁਲ ਖਿਲਾਫ ਆ ਉਹਦੇ ਪਰ ਨਾ ਮੈਨੂੰ ਇੱਕ ਹੋਰ ਗੱਲ ਚਿੱਤੇ ਆ ਗਈ ਜੀ ਕਹਿੰਦੇ ਨਾ ਵੀ ਇੱਕ ਵਾਰੀ ਇੱਕ ਬੰਦਾ ਹੂੰ ਉਹ ਸੀਗਾ ਬੌਲਟੀ ਤੋਂ ਔਖਾ ਭਰਾ ਜੀ ਉਹਨੇ ਤਲਾਕ ਦਾ ਕੇਸ ਲਾਤਾ ਅੱਛਾ ਲੋਜਕਟੈਰੀ ਦੇ ਵਿੱਚ ਖੜਾ ਹੂੰ ਤੇ ਜੱਜ ਨੂੰ ਕਹਿੰਦਾ ਵੀ ਮੈਂ ਇਹ ਤੋਂ ਤਲਾਕ ਚਾਹੁੰਨਾ ਹੂੰ ਮੈਂ ਬਿਲਕੁਲ ਨਹੀਂ ਇਹਦੇ ਨਾਲ ਰਹਿਣਾ ਪਸੰਦ ਕਰਦਾ ਹੂੰ ਇਹ ਮੇਰੇ ਸਰੀਰ ਦਾ ਕੋਈ ਵੀ ਨੁਕਸਾਨ ਕਰ ਸਕਦੀ ਆ। ਅੱਛਾ ਤੇ ਜੱਜ ਅੱਗੋ ਸਵਾਲ ਕਰਦਾ ਵੀ ਕੀ ਨੁਕਸਾਨ ਕਰ ਸਕਦੀ ਆ? ਹੂੰ ਤੈਨੂੰ ਕੀ ਕਹਿੰਦੀ ਆ? ਕਹਿੰਦਾ ਪਿਛਲੇ 5 ਵਰਿਆਂ ਤੋਂ ਇਹ ਮੇਰੇ ਪਲੇਟਾ ਮਾਰਦੀ ਆ। ਮੈਂ ਜਿੱਥੇ ਖੜਾ ਹੁੰਨਾ ਪਲੇਟ ਮਾਰਦੀ ਆ। ਅੱਛਾ ਤੇ ਕਹਿੰਦਾ ਤੂੰ 5 ਵਰਿਆਂ ਤੋਂ ਇਹ ਸੰਤਾਪ ਹੰਡਾਰਿਆ ਤੇ ਆਇਆ ਹੁਣ ਤਲਾਕ ਲੈਣ। ਕਹਿੰਦਾ ਨਿਸ਼ਾਨਾ ਇਹਦਾ ਹੁਣ ਪੱਕਾ ਹੋਇਆ। ਵਾਹ ਐਦਾਂ ਵੀ ਹੁੰਦਾ ਇਸ ਕਰਕੇ ਭਾਈ ਗੱਲ ਇਹ ਆ ਨਿਸ਼ਾਨਾ ਪੱਕਾ ਹੋਣ ਦੀ ਉਡੀਕ ਨਾ ਕਰੋ ਸਵੇ ਸਰ ਕੋਈ ਫੈਸਲਾ ਲੈ ਲੈਣਾ ਚਾਹੀਦਾ ਹੁੰਦਾ ਹਾਂ ਇਹ ਗੱਲਾਂ ਹਾਂ ਮੈਂ ਹੋਰ ਦੱਸਦਾ ਕਈ ਵਾਰੀ ਨਾ ਬੰਦੇ ਹਾਜ਼ਰ جواب ਬਹੁਤ ਹੁੰਦੇ ਆ ਵੈਸੇ ਤਾਂ ਭਾਈ ਦੋਹਾਂ ਜੀਆਂ ਦੀ ਬਣਦੀ ਰਵੇ ਇਹਦੇ ਵਰਗੀ ਰੀਸ ਕੋਈ ਨਹੀਂ ਇੱਕ ਵਾਰੀ ਇੱਕ ਬੰਦਾ ਨਾ ਘਰ ਵਾਲੀ ਨਾਲ ਲੜ ਪਿਆ ਕਿਸੇ ਵੀ ਗੱਲੋਂ ਜਾਂ ਉਹ ਲੜਪੀ ਦਾ ਇਹ ਲੜ ਪਿਆ ਤੇ ਕਈ ਬੰਦੇ ਹੁੰਦੇ ਆ ਨਾ ਬਈ ਮੌਕੇ ਨੂੰ ਸੰਭਾਲਦੇ ਆ ਕੋਈ ਬਹਾਨਾ ਜਾਂ ਬਣਾ ਕੇ ਘਰੋਂ ਨਿਕਲ ਜਾਂਦੇ ਵੀ 2-4 ਘੰਟਿਆਂ ਬਾਅਦ ਆਵਾਂਗੇ ਤਾਂ ਗੁੱਸਾ ਫਰਰ ਹੋ ਜਾਊਗਾ ਜੀ ਲੋ ਜੀ ਉਹ 4-5 ਘੰਟੇ ਬਾਜ਼ਾਰ ਬਜ਼ੂਰ ਦੇ ਵਿੱਚ ਗਿਆ ਜਾਂ ਦੋਸਤਾਂ ਮਿੱਤਰਾਂ ਕੋਲੇ ਗਿਆ ਤੇ ਫਿਰ ਹੋ ਗਿਆ ਅਥਣ ਹੂੰ ਤੇ ਅਥਣੇ ਫੋਨ ਕਰਦਾ ਕਰੇ ਹੂੰ ਉਹ ਟੱਲੀ ਵਜ ਦੀ ਫੋਨ ਚੱਕਦੀ ਆ ਹੂੰ ਉਹ ਕਹਿੰਦੀ ਕੌਣ ਹੂੰ ਤੇ ਕਹਿੰਦਾ ਮੈਂ ਫਲਾਣਾ ਹੂੰ ਉਹ ਕਹਿੰਦੀ ਅੱਛਾ ਆ ਗਿਆ ਚੇਤਾ ਹੁਣ ਹੂੰ ਪਹਿਲਾਂ ਕਿੱਥੇ ਮਰਿਆ ਸੀ ਹੂੰ ਤੈਨੂੰ ਅਕਲ ਨਹੀਂ ਗਈ ਔਰਤਾਂ ਨਾਲ ਕਿਵੇਂ ਗੱਲ ਕਰੀਦੀ ਆ ਬੁੱਟੀ ਨਾਲ ਕਿਵੇਂ ਗੱਲ ਕਰੀਦੀ ਆ ਲੋ ਜੀ ਵਾਹ ਤੱਤਾ ਪਰਕਾ ਮੋਥੇ ਵੀ ਹੋ ਗਿਆ ਉਹ ਕਹਿੰਦਾ ਫਿਰ ਇਹ ਦੱਸ ਖਾਣ ਚ ਕੀ ਬਣਾਇਆ ਸਬਜ਼ੀ ਕਿਹੜੀ ਬਣਾਈ ਆ ਕਹਿੰਦੀ ਜ਼ਹਿਰ ਬਣਾਈ ਆ ਕਹਿੰਦਾ ਫਿਰ ਐਂ ਕਰੀ ਤੂੰ ਖਾ ਲਈ ਮੈਂ ਬਾਹਰੋਂ ਖਾ ਕੇ ਆਉਂਗਾ ਲੋ ਜੀ ਹਾਜ਼ਰਾਂ ਜੰਝਦਾ ਵਿਚਾ ਲੋ ਜੀ ਵਕਫੇ ਤੋਂ ਬਾਅਦ ਅਸੀਂ ਇੱਕ ਵਾਰ ਫਿਰ ਹਾਜ਼ਰ ਆ ਮੈਂ ਸਵਰਨ ਸਿੰਘ ਤੇ ਨਾਲ ਮੈਡਮ ਹਰਮਨਥਿੰਦ ਜੀ ਲਓ ਜੀ ਹੁਣ ਖਬਰ ਦੇ ਵੱਲ ਸਾਂਝ ਪਾਓ ਜੀ ਅਗਲੀ ਖਬਰ ਵੱਲ ਚਲਦੇ ਆਂ ਦੇਖੋ ਜੀ ਆਪਾਂ ਕੱਲ ਵੀ ਗੱਲ ਕੀਤੀ ਸੀ ਵੀ ਪੀਪੀ ਦਾ ਗਠਨ ਹੋ ਗਿਆ ਹੂੰ ਪੰਜਾਬੀ ਇਕਤਾ ਪਾਰਟੀ ਦਾ ਤੇ ਖੈਰਾ ਸਾਹਿਬ ਨੇ ਵਾਵਾ ਚੇਬ ਕੱਢੇ ਜਦੋਂ ਮਾਈਕ ਦੇ ਵਿੱਚ ਮਾਈਕ ਉਹਨਾਂ ਦੇ ਕੋਲੇ ਆਉਂਦਾ ਤੇ ਫਿਰ ਤਾਂ ਚੇਬ ਉਹ ਕੱਢਦੇ ਹੀ ਹੁੰਦੇ ਨੇ ਹਨਾ ਤੇ ਐਦ ਕੀ ਵੀ ਵਾਵਾ ਚੇਬ ਕੱਢੇ ਤੇ ਹੁਣ ਕਹਿੰਦੇ ਵੀ ਬਸ ਦੇਖੀ ਜਾਇਓ ਅਸੀਂ ਕਰਦੇ ਕੀ ਕੀ ਆ ਪੜਾਪੇ ਪੜ੍ਹਣੇ ਆ ਕਹਿੰਦੇ ਮੈਂ ਤਾਂ ਕੱਲਾ ਕੱਲਾ ਪੜ੍ਹਨੇ ਪਾਉ ਮੈਂ ਤਾਂ ਤੁਹਾਨੂੰ ਇੱਕ ਹੋਰ ਗੱਲ ਦੱਸਦਾ ਜੀ ਵੀ ਸੁਖਪਾਲ ਸਿੰਘ ਖੈਰਾ ਉਹਨਾਂ ਨੇ ਗਾਣਾ ਸੁਣਿਆ ਰਣਜੀਤ ਬਾਵੇ ਦਾ ਕਹਿੰਦੇ ਬੈਲੀਆਂ ਨੇ ਕਰ ਲਈ ਸਲਾਹ ਕੱਲਾ ਟੱਕਰੇ ਤੱਕੇਰ ਮਾਰਨਾ ਉਹ ਗਿੱਦੜਾ ਸੁਣਿਆ ਬੁਰਕ ਫਿਰਦਾ ਕਿ ਨਹੀਂ ਸ਼ੇਰ ਮਾਰਨਾ ਕਹਿੰਦੇ ਵੀ ਆਪਾਂ ਹੈਗੇ ਸ਼ੇਰ ਪੰਜਾਬ ਦੇ ਇਹ ਜਿਹੜੇ ਗਿੱਦੜ ਗੁੱਦੜ ਆ ਸਾਰੇ ਭਜੜੜੇ ਆ ਹਾਂ ਆ ਲੋਕ ਸਭਾਰੀਆਂ ਚੋਣਾਂ ਦਾ ਬਿਗਲ ਵੱਜ ਲੈਣਦੇ ਹੋ ਮੈਂ ਖੜੂੰਗਾ ਇੱਕ ਤਾਨਕੇ ਜਾਂ ਬਠਿੰਡੇਉ ਤੇ ਜਾਂ ਫਿਰ ਸੰਗਰੂਰੋਂ ਆਹਾ ਤੇ ਜੇਕਰ ਸੰਗਰੂਰੋਂ ਖੜ ਗਿਆ ਤਾਂ ਮੈਂ ਭਗਵੰਤ ਮਾਨ ਦੀ ਭਜੜੜ ਪਾਉ ਜੇ ਬਠਿੰਡੇਉ ਖੜਿਆ ਤਾਂ ਹਰਿ ਸਿਮਰਿਤਪੁਰ ਬਾਦਲ ਦੀ ਭਜੜੜ ਪਾਉ ਵਾਹ ਕੀ ਬਾਤ ਹੈ ਕੀ ਜਜ਼ਬਾ ਹੈ ਹਾਂ ਕੀ ਆਪਣੇ ਆਪ ਦੇ ਉੱਪਰ ਵਿਸ਼ਵਾਸ ਹੈ ਆਤਮ ਵਿਸ਼ਵਾਸ ਕਮਾਲ ਬਿਲਕੁਲ ਸਹੀ ਗੱਲ ਹੈ ਤੇ ਹੁਣ ਕਹਿੰਦੇ ਵੀ ਜਾਂ ਤਾਂ ਮੈਂ ਪੜਨੇ ਪਾ ਦੂ ਤੇ ਜਾਂ ਪੈ ਤੇ ਐਵੇਂ ਹੋਣਾ ਲੜਾਈ ਆਰ ਪਰਦੀ ਐ ਬਿਲਕੁਲ ਐਵੇਂ ਹੋਣੀ ਆ ਅਸੀਂ ਦੇਖਾਂਗੇ ਕੱਲੇ ਕੱਲੇ ਨੂੰ ਦੇਖੋ ਜੀ ਪੰਜਾਬੀ ਏਕਤਾ ਪਾਰਟੀ ਦਾ ਗਠਨ ਹੋ ਗਿਆ ਜੀ ਪਰ ਜੇਕਰ ਇਸ ਪਾਰਟੀ ਨੂੰ ਜਿਉਂਦੀ ਰੱਖਣਾ ਜੇਕਰ ਇਸ ਪਾਰਟੀ ਨੂੰ ਆਪਣਾ ਪੰਜਾਬ ਪਾਰਟੀ ਵਰਗੀ ਬਣਨ ਤੋਂ ਬਚਾਉਣਾ ਜੇਕਰ ਇਸ ਪਾਰਟੀ ਨੂੰ ਮਨਪ੍ਰੀਤ ਬਾਦਲ ਦੀ ਪੀ 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 ਬਣਨ ਤੋਂ ਬਚਾਉਣਾ ਤਾਂ ਫਿਰ ਉਹਨਾਂ ਨੂੰ ਕੋਈ ਨਾ ਕੋਈ ਵੱਡਾ ਫੈਸਲਾ ਕਰਨਾ ਪੈਣਾ ਅਸਲ ਦੇ ਵਿੱਚ ਨਿਸ਼ਾਨਾ ਲੋਕ ਸਭਾ ਦੀਆਂ ਚੋਣਾਂ ਨਹੀਂ 2022 ਦੀਆਂ ਵਿਧਾਨ ਸਭਾ ਚੋਣਾਂ ਜੀ ਪਰ ਜੇਕਰ ਅਸੀਂ ਸਰਗਰਮੀ ਦੇ ਵਿੱਚ ਰਵਾਂਗੇ ਜੇਕਰ ਲੋਕਾਂ ਦੇ ਮਨਾਂ ਦੇ ਉੱਤੇ ਪ੍ਰਭਾਵ ਇਹ ਪਾਵਾਂਗੇ ਵੀ ਇਹ ਪਾਰਟੀ ਆ ਗਈ ਆਉਂਦੇ ਹੀ ਛਾ ਗਈ ਖੈਰਾਂ ਨਹੀਂ ਡਰਦਾ ਜੀ ਤੇ ਫਿਰ ਤਾਂ 2022 ਤੱਕ ਅਸੀਂ ਕਾਮਯਾਬ ਰਵਾਂਗੇ ਤੇ ਜੇਕਰ ਅਸੀਂ ਲੁੜਕ ਜੇ ਗਏ ਜੇਕਰ ਅਸੀਂ ਡਰ ਜੇ ਗਏ ਤੇ ਫਿਰ ਤੁਹਾਨੂੰ ਕਿਹਨੇ ਪੁੱਛਣਾ ਵਾਕੀ ਗੱਲ ਤਾਂ ਸੱਚੀ ਹੈ ਪਰ ਇਹ ਹੈ ਨਾ ਕਿ ਹੁਣ ਲੋਕਾਂ ਦੇ ਮਨਾਂ 'ਚ ਸਵਾਲ ਵੀ ਤਾਂ ਕਿੰਨੇ ਤਰ੍ਹਾਂ ਦੇ ਨੇ ਕਿਉਂਕਿ ਬਹੁਤ ਸਾਰੀਆਂ ਪਾਰਟੀਆਂ ਇਹੋ ਜਿਹੀਆਂ ਸੀ ਜਿਹੜੀਆਂ ਪਿਛਲੇ ਸਮੇਂ ਦੇ ਵਿੱਚ ਹੋਂਦ ਵਿੱਚ ਆਈਆਂ ਇਸੇ ਤਰੀਕੇ ਦੇ ਬਿਆਨਬਾਜ਼ ਬਿਆਨ ਜਿਹੜੇ ਨੇ ਉਹ ਨਾ ਪਾਰਟੀਆਂ ਤੋਂ ਵੀ ਆਉਂਦੇ ਰਹੇ ਨੇ ਹੈ ਨਾ ਬਿਆਨਬਾਜ਼ੀਆਂ ਹੁੰਦੀਆਂ ਰਹੀਆਂ ਨੇ ਪਰ ਬਾਅਦ ਵਿੱਚ ਉਹ ਪਾਰਟੀਆਂ ਕਿੱਥੇ ਗਈਆਂ ਕਿਸੇ ਨੂੰ ਪਤਾ ਨਹੀਂ ਲੱਗਿਆ ਹੈ ਨਾ ਜਾਂ ਕਿਵੇਂ ਉਹ ਰੁਲੀਆਂ ਪਾਰਟੀਆਂ ਇਹ ਸਾਰਿਆਂ ਦੇ ਸਾਹਮਣੇ ਸੀ ਕਿਤੇ ਉਹੀ ਹਾਲ ਪੀਪ ਦਾ ਨਾ ਹੋਵੇ ਇਹ ਲੋਕਾਂ ਨੇ ਦੇਖਿਆ ਹਾਲੇ ਤਾਂ ਇਹਨੂੰ ਇੱਕ ਹਫਤਾ ਵੀ ਨਹੀਂ ਹੋਇਆ ਬਣੀ ਨੂੰ ਪਰ ਨਾ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਜੇਕਰ ਖੈਰੇ ਅਤੇ ਭਗਵੰਤ ਮਾਨ ਦਾ ਮੁਕਾਬਲਾ ਹੁੰਦਾ ਤਾਂ ਦਿਲਚਸਪੀ ਲੋਕਾਂ ਦੀ ਬਹੁਤ ਵੱਧਣੀ ਹੈ ਕਿਉਂਕਿ ਕੁਝ ਕੁ ਲੋਕੇ ਸਮਝਦੇ ਵੀ ਭਗਵੰਤ ਮਾਨ ਚ ਬਹੁਤ ਦਮ ਹੈ ਕਈ ਲੋਕੇ ਗੱਲ ਕਹਿੰਦੇ ਵੀ ਖੈਰੇ ਚ ਬੜਾ ਦਮ ਹੈ ਹਾਲਾਂਕਿ ਅਸੀਂ ਦਮ ਦੇ ਨਾਲ ਦਮ ਪੜਿਆ ਕੇ ਨਹੀਂ ਦੇਖਣਾ ਚਾਹੁੰਦੇ ਅਸੀਂ ਨਹੀਂ ਚਾਹੁੰਦੇ ਸਵਾਦ ਲੱਗੇ ਪਰ ਲੋਕਾਂ ਦੇ ਵਿੱਚੋਂ ਵੱਡੇ ਹਿੱਸੇ ਦਾ ਇਹ ਕਹਿਣਾ ਵੀ ਚਲੋ ਸਵਾਦ ਹੀ ਲੱਗੇ ਹੋਰ ਤਾਂ ਪੰਜਾਬ ਦੇ ਵਿੱਚ ਕੁਝ ਮਾਣਣਾ ਨਹੀਂ ਵਾਕਈ ਸਹੀ ਗੱਲ ਹੈ ਇਹ ਸਮਾਂ ਦੱਸੇਗਾ ਜੀ ਸਮਾਂ ਬੜਾ ਬਲਵਾਨ ਹੁੰਦਾ ਵੀ ਆਖਿਰਕਾਰ ਇਹਨਾਂ ਦੋਹਾਂ ਦੇ ਵਿੱਚੋਂ ਕਿਹਦਾ ਕੀ ਬਣੇ ਇੱਕ ਹੋਰ ਗੱਲ ਹੈ ਵੀ ਖੈਰੇ ਹੁਰਾਣੇ ਨੇ ਨਾ ਉਹੀ ਫਾਰਮੂਲਾ ਅਪਣਾਇਆ ਉਸੇ ਤਰ ਲ ਰਹੇ ਹੈ ਜਿਹੜੀ ਤਰਜ਼ ਕੇਜਰੀਵਾਲ ਨੇ ਅਪਣਾਈ ਸੀ ਓਕੇ 2014 ਦੀਆਂ ਲੋਕ ਸਭਾ ਚੋਣਾਂ ਦੇ ਮੌਕੇ ਕੇਜਰੀਵਾਲ ਵਾਰਾਨਸੀ ਦੇ ਵਿੱਚ ਗਏ ਸੀ ਨਰਿੰਦਰ ਮੋਦੀ ਦਾ ਮੁਕਾਬਲਾ ਕਰਨ ਦੇ ਲਈ ਕੇਜਰੀਵਾਲ ਦਾ ਕੱਖ ਨਹੀਂ ਸੀ ਬਣਿਆ ਉੱਥੇ ਵਟਿਆ ਕੁਝ ਨਹੀਂ ਸੀ ਗਿਆ ਪਰ ਉਦੋਂ ਇੱਕ ਸੰਦੇਸ਼ ਗਿਆ ਸੀ ਦੇਸ਼ ਵਾਸੀਆਂ ਦੇ ਵਿੱਚ ਵੀ ਦੇਖੋ ਇੱਕ ਬੰਦਾ ਸੁਧਾਰਨ ਵਿਅਕਤੀ ਐਨੇ ਵੱਡੇ ਬੰਦੇ ਦੇ ਨਾਲ ਟੱਕਰ ਲੈ ਸਕਦਾ ਜਜ਼ਬਾ ਦੇਖੋ ਉਹਦਾ ਉਹੀ ਤਰਜ਼ ਹੁਣ ਅਪਣਾਈ ਹੈਗੀ ਖੈਰੇ ਹੋਰਾਂ ਨੇ ਵੀ ਐਨੇ ਵੱਡੇ ਵੱਡੇ ਬੰਦੇ ਜਿਹੜੇ ਕਹਿੰਦੇ ਆ ਵੀ ਅਸੀਂ ਪੰਜਾਬ ਦੀ ਸਿਆਸਤ ਦੇ ਤੁਰੰਤਨ ਤੇ ਇੱਕ ਮੇਰੇ ਵਰਗਾ ਬੰਦਾ ਜਿਹਨੇ 4 ਮਹੀਨੇ ਪਹਿਲਾਂ ਪਾਰਟੀ ਬਣਾਈ ਆ ਤੇ ਉਹ ਬੰਦਾ ਇਹਨਾਂ ਦੇ ਨਾਲ ਟੱਕਰ ਲੈਣ ਲੱਗਿਆ ਜੀ ਵਾਕਿਆ ਇਹ ਤਾਂ ਗੱਲ ਹਰੇਕ ਬੰਦੇ ਦੇ ਮਨ ਦੇ ਵਿੱਚ ਵੀ ਜ਼ਰੂਰ ਕਰ ਕਰ ਗਈ ਆ ਤੇ ਵੈਸੇ ਕੁਝ ਕੁ ਲੋਕਾਂ ਨੇ ਇਹ ਵੀ ਗੱਲ ਕਹੀ ਆ ਫੇਸਬੁੱਕ ਦੇ ਉੱਤੇ ਪ੍ਰਤੀਕਿਰਿਆ ਆਈ ਆ ਵੀ ਖੈਰਾ ਸਾਹਿਬ ਨੂੰ ਹੁਣ ਟਿਕਾ ਰੱਖਣਾ ਚਾਹੀਦਾ ਜੀ ਖੈਰਾ ਸਾਹਿਬ ਹੁਣ ਬੰਦੇ ਤੋੜ ਨਾ ਹੁਣ ਹਰਪਾਲ ਚੀਮੇ ਹੋਰਾਂ ਨੇ ਬਿਆਨ ਦਿੱਤਾ ਵੀ ਖੈਰੇ ਹੋਰੀ ਕਹਿੰਦੇ ਸਿੱਖ ਨੂੰ ਮੁਖਤਿਆਰੀ ਚਾਹੀਦੀ ਆ ਖੁਦ ਮੁਖਤਿਆਰੀ ਚਾਹੀਦੀ ਆ ਆਪਣੀ ਪਾਰਟੀ ਬਣਾ ਲਈ ਖੁਦ ਮੁਖਤਿਆਰੀ ਆ ਸੰਭ ਨਾਲੇ ਉਹਨਾਂ ਨੇ ਕਿਹਾ ਵੀ ਖੈਰਾ ਸਾਹਿਬ ਹਨ ਜਿਹੜੇ ਉਹ ਬਾੜਾ ਚਿਰ ਕਿਤੇ ਕੱਟਦੇ ਨਹੀਂ ਇਹਨਾਂ ਨੇ ਬੈਂਸ ਭਰਾਵਾਂ ਨਾਲ ਵੀ ਲੜ ਪੈਣਾ ਅੱਛਾ ਉਹਨਾਂ ਨੇ ਭਵਿੱਖਬਾਣੀ ਕੀਤੀ ਹੈ ਚਲੋ ਇਹ ਤਾਂ ਹੁਣ ਖੈਰਾ ਸਾਹਿਬ ਦੇ ਹੱਥ ਦੇ ਵਿੱਚ ਹੈ ਵੀ ਉਹਨਾਂ ਦੀ ਕੀਤੀ ਹੋਈ ਭਵਿੱਖਬਾਣੀ ਉਹ ਕਿੰਨੀ ਸੱਚ ਸਾਬਤ ਹੋਣੀ ਹੈ ਬਿਲਕੁਲ ਨਾ ਸੱਚ ਸਾਬਤ ਹੋਣ ਦੇਣ ਅਸੀਂ ਪੰਜਾਬ ਦੇ ਭਲੇ ਦੀ ਗੱਲ ਕਰਦੇ ਆਂ ਨਾ ਸਾਡਾ ਖੈਰਾ ਰਿਸ਼ਤੇਦਾਰ ਹੈ ਨਾ ਭਗਵੰਤ ਮਾਨ ਨਾ ਕੈਪਟਨ ਨਾ ਬਦਲ ਸਾਹਿਬ ਅਸੀਂ ਚਾਹੁੰਦੇ ਆਂ ਪੰਜਾਬ ਦਾ ਕੁਝ ਨਾ ਕੁਝ ਬਣੇ ਕੱਲ੍ਹਾਂ ਛੁਰਲੀਆਂ ਨਾ ਛੱਡੀਆਂ ਜਾਣ ਪੰਜਾਬ ਦਾ ਕੁਝ ਕਰਕੇ ਦਿਖਾਇਆ ਜਾਵੇ ਵਾਕੇ ਇਤਨੇ ਤਾਂ ਕਹਿਤਾ ਮੈਂ ਪੜਨੇ ਪਾ ਦੂੰ ਹੁਣ ਜਿਹਦੇ ਨਾਲ ਜਿਹਦੀ ਸਭ ਤੋਂ ਵੱਧ ਲਾਗਡਾਟ ਹੈ ਉਹ ਕਿਵੇਂ ਪਿੱਛੇ ਰਹਿ ਜੇ ਬਿਆਨ ਦੇਣ ਤੋਂ ਸ਼ਿਰਕ ਤਾਂ ਐਂ ਕਰਦੇ ਹੁੰਦੇ ਮੌਕਾ ਭਾਲਦੇ ਆ ਵੈਸੇ ਵੀ ਇਹ ਨਾ ਹੁਣ ਅੱਜਕੱਲ ਪੰਜਾਬ ਦੇ ਵਿੱਚ ਪੜਾਈ ਦੀਆਂ ਵਾਵਾ ਗੱਲਾਂ ਹੋਣ ਲੱਗ ਗਈਆਂ ਨੇ ਕਿਤੇ ਤਾਂ ਓਪੀ ਸੋਨੀ ਹੋਰਾਂ ਦਾ ਜ਼ਿਕਰ ਕਿਤੇ ਅਧਿਆਪਕਾਂ ਦਾ ਜ਼ਿਕਰ ਕਰਦੀ ਅਧਿਆਪਕਾਂ ਦੇ ਧਰਨਿਆਂ ਦਾ ਜ਼ਿਕਰ ਕਰਦੀ ਹੁਣ ਮੰਤਰੀਆਂ ਨੇ ਅਸੀਂ ਪੜਨੇ ਪਾ ਦਵਾਂਗੇ ਹੁਣ ਇੱਕ ਹੋਰ ਕਹਿ ਲਓ ਮੰਤਰੀ ਸਾਹਿਬਾ ਸਾਹਮਣੇ ਆਏ ਨੇ ਜਿਹੜੇ ਕਹਿੰਦੇ ਨੇ ਮੰਤਰੀ ਸਾਹਿਬਾ ਹਾਂ ਅੱਛਾ ਮੰਤਰੀ ਸਾਹਿਬ ਆਰਾਮ ਪਾ ਕਿੰਨੇ ਹੁੰਨੇ ਆ ਨਾ ਤੇ ਮੈਂ ਉਹ ਮੈਂ ਵੀ ਥੋੜਾ ਜਿਹਾ ਹੱਥ ਸਵਾ ਰਹੀ ਆ ਤੇ ਇਹ ਜਿਹੜੇ ਮੈਡਮ ਜੀ ਨੇ ਇਹ ਵੀ ਸਾਹਮਣੇ ਕਹਿੰਦੇ ਪੜਨੇ ਤਾਂ ਮੈਂ ਵੀ ਪਾਉਣੇ ਆ ਇਹ ਨੇ ਬੀਬੀ ਜਗੀਰ ਕੌਰ ਹਾਂ ਬੀਬੀ ਜਗੀਰ ਕੌਰ ਸਾਬਕਾ ਮੰਤਰੀ ਨੇ ਬੀਬੀ ਜਗੀਰ ਕੌਰ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਨੇ ਇਸ ਵਕਤ ਔਰਤਾਂ ਦੀ ਅਗਵਾਈ ਕਰਦੇ ਆ ਅਕਾਲੀ ਦਲ ਦੇ ਜਥੇ ਦੀ ਸੋ ਬੀਬੀ ਜਗੀਰ ਕੌਰ ਉਸ ਵਕਤ ਬਿਲਕੁਲ ਤੁਹਾਡੀ ਗੱਲ ਸਹੀ ਆ ਬਈ ਸਰਗਰਮ ਹੋ ਜਾਂਦੇ ਜਦੋਂ ਸੁਖਪਾਲ ਖੇਰੇ ਦਾ ਕੋਈ ਮੁੱਦਾ ਆਉਂਦਾ ਵਾਕੇ ਉਹਨਾਂ ਨੇ ਇਹ ਗੱਲ ਕਹੀ ਆ ਵੀ ਖੈਰਾ ਹੈਗਾ ਛੱਪੜ ਦਾ ਡੱਡੂ ਹਾਂ ਖੇਰਾ ਮਾਰਦਾ ਟਪੂਸੀਆ ਖੇਰੇ ਨੂੰ ਪੁੱਛਦਾ ਕੋਈ ਨਹੀਂ ਨਾ ਇਹ ਘਰ ਦਾ ਨਾ ਘਾਟ ਦਾ ਹਾਲਾਂਕਿ ਅਸੀਂ ਇੰਨੀ ਤਿੱਖੀ ਸ਼ਬਦਾਵਲੀ ਦੇ ਹੱਕ ਦੇ ਵਿੱਚ ਨਹੀਂ ਪਰ ਕਿਉਂਕਿ ਸ਼ਰੀਕੇਬਾਦੀ ਹੈ ਜਿੱਥੇ ਉੱਥੇ ਬੰਦਾ ਥੋੜੀ ਜਿਹੀ ਰਗੜ ਕੇ ਗੱਲ ਵੀ ਕਰਦਾ ਨਾਲੇ ਵੈਸੇ ਵੀ ਤਾਂ ਸਿਆਸਤ ਦਾ ਸਭ ਤੋਂ ਪਹਿਲਾ ਸੂਲ ਆ ਨਾ ਵੀ ਅਸੀਂ ਜੋ ਮੂੰਹ ਚਾਏ ਜੋ ਜ਼ੁਬਾਨ ਤੇ ਆਇਓ ਅਸੀਂ ਪੇਸ਼ ਕਰ ਦੇਣਾ ਬੀਬੀ ਤਗੀਰ ਕੌਰ ਨੇ ਵੀ ਗੱਲ ਕਹੀ ਆ ਵੀ ਖੇਰਾ ਜਿਹੜੀ ਵੀ ਪਾਰਟੀ ਦੇ ਵਿੱਚ ਜਾਂਦਾ ਉਹਦਾ ਪੱਠਾ ਬਿਠਾ ਦਿੰਦਾ ਇਹ ਕਾਂਗਰਸ ਦੇ ਵਿੱਚ ਗਿਆ ਕਾਂਗਰਸਾਂ ਨੂੰ ਲੈਣ ਦੇ ਦੇਣੇ ਪੈਗੇ ਸੀ ਆਮ ਆਦਮੀ ਪਾਰਟੀ ਚ ਗਿਆ ਉੱਥੇ ਪਟਾਕੇ ਪਾ ਕੇ ਆ ਗਿਆ ਹੁਣ ਇਹ ਨਿਆਬਦੀ ਪਾਰਟੀ ਬਣਾ ਲਈ ਆ ਇੱਥੇ ਪਟਾਕਾ ਪਿਆ ਹੀ ਲੋ ਹੁਣ ਇੱਥੇ ਦਾ ਕੁਝ ਨਹੀਂ ਬਣਨਾ ਇਹਨਾਂ ਨੇ ਗੱਲ ਕਹੀ ਆ ਵੀ ਖੈਰਾ ਜੇਕਰ ਸੱਚੀ ਮੁੱਚੀ ਗੈਰਤਮੰਦ ਦਾ ਵਿਧਾਨ ਸਭਾ ਦੀ ਮੈਂਬਰੀ ਤੋਂ ਅਸਤੀਫਾ ਦੇਵੇ ਮੈਂ ਇਹਦੇ ਖਿਲਾਫ ਚੋਣ ਲੜਦੀ ਆ ਪਤਾ ਲੱਗ ਜਾਊਗਾ ਵੀ ਕੌਣ ਕਿੰਨੇ ਕ ਪਾਣੀ ਦੇ ਵਿੱਚ ਐ ਪੰਜਾਬ ਦੀ ਅਸਲ ਅਗਵਾਈ ਕਰਨ ਵਾਲਾ ਕਾਹਣਾ ਅੱਛਾ ਤੇ ਜਦੋਂ ਪਿਛਲੀ ਵਾਰ ਇਹ ਸਾਰਾ ਮੁਕਾਬਲਾ ਹੋਇਆ ਸੀ ਫਿਰ ਉਦੋਂ ਕੀ ਹੋਇਆ ਸੀ ਉਦੋਂ ਬੀਬੀ ਨੇ ਇਹ ਗੱਲ ਕਹੀ ਆ ਵੀ ਕਈ ਅੰਦਰੂਨੀ ਕਾਰਨ ਸੀਗੇ ਅੱਛਾ ਇਹਨਾਂ ਨੇ ਕਿਹਾ ਵੀ ਉਦੋਂ ਕਾਂਗਰਸ ਦੇ ਨਾਲ ਮਿਲ ਕੇ ਚੋਣ ਲੜੀ ਕਾਂਗਰਸ ਨੇ ਐਨ ਮੌਕੇ ਦੇ ਉੱਤੇ ਆਖਰੀ ਮੌਕੇ ਤੇ ਆ ਕੇ ਆਪਣਾ ਉਮੀਦਵਾਰ ਖੜਾ ਕੀਤਾ ਕਾਂਗਰਸੀ ਵੀ ਖੈਰੇ ਦੇ ਹੱਕ ਦੇ ਵਿੱਚ ਪੁਹਤਾਏ ਗਏ ਸਿਰਫ ਮੈਨੂੰ ਪੁੰਜੇ ਲਾਉਣ ਦੇ ਲਈ ਤੇ ਹੁਣ ਨਾ ਕਾਂਗਰਸ ਦਾ ਨਾ ਆਪ ਦਾ ਹੁਣ ਤਾਂ ਚੱਕਰੀ ਕੋਈ ਨਹੀਂ ਤੇ ਜੇ ਹੁਣ ਵੀ ਇਦਾਂ ਦਾ ਕੁਝ ਹੋ ਗਿਆ ਫੇਰ ਕੀ ਬਿਆਨ ਦੇਣਾ ਮਹਾਰਾ ਜਾਣਦਾ ਆਪਾਂ ਨਹੀਂ ਕਹਿ ਸਕਦੇ ਕਿਉਂਕਿ ਗੱਲ ਇਹ ਹੈ ਵੀ ਇੰਨਾ ਕਹਿੰਦੇ ਹੁੰਦੇ ਦੁਸ਼ਮਨ ਨੂੰ ਹਦਾਇ ਵੀ ਛੋਟਾ ਨਾ ਮੰਨੋ ਹਨਾ ਚਾਹੇ ਉਹ ਬੀਬੀ ਦੀ ਵੱਲੋਂ ਗੱਲ ਕਰ ਲੋ ਚਾਹੇ ਉਹ ਖਹਿਰਾ ਸਾਹਿਬ ਵੱਲੋਂ ਗੱਲ ਕਰ ਲੋ ਮੁਕਾਬਲਾ ਤਾਂ ਟੱਕਰ ਦਾ ਹੁੰਦਾ ਹੈ ਹਮੇਸ਼ਾ ਕੋਈ ਵੀ ਆਪਣਾ ਕਹਿ ਲੋ ਵੀ ਪੂਰੀ ਤਰ੍ਹਾਂ ਦੇ ਨਾਲ ਦਾ ਪੇਚ ਜਿਹੜੇ ਉਹ ਵਰਤੇ ਜਾਂਦੇ ਨੇ ਕਿ ਮੈਂ ਜਿੱਤ ਹਾਸਲ ਕਰਾਂ ਹਨਾ ਸੋ ਸਮੇਂ ਦਾ ਪਤਾ ਨਹੀਂ ਹੁੰਦਾ ਵੀ ਕਦੋਂ ਕਿਹੜੀ ਕਰਵਟ ਲੈ ਲਵੇ ਇਸ ਲਈ ਕਦੇ ਵੀ ਕਹਿੰਦੇ ਹੁੰਦੇ ਵੀ ਆਪਣੇ ਆਪ ਦੇ ਵਿੱਚ ਇੰਨਾ ਜ਼ਿਆਦਾ ਬੰਦੇ ਨੂੰ ਓਵਰ ਕੌਨਫੀਡੈਂਟ ਨਹੀਂ ਹੋਣਾ ਚਾਹੀਦਾ ਇੰਨਾ ਜ਼ਿਆਦਾ ਵਾਧੂ ਆਪਣੇ ਆਪ ਤੇ ਮਾਣ ਨਹੀਂ ਹੋਣਾ ਚਾਹੀਦਾ ਕਿ ਮੈਂ ਤਾਂ ਭਾਈ ਬਸ ਹੁਣ ਆਜੋ ਮੁਕਾਬਲੇ ਲਈ ਮੈਂ ਤਾਂ ਸਾਰੇ ਪਾਸੇ ਕਰ ਦੂੰਗਾ ਨਾ ਕੋਈ ਪਤਾ ਨਹੀਂ ਪੰਜਾਬ ਦੇ ਰਾਜ ਜਨਾ ਸੰਭਲਣ ਜੀ ਪਰ ਤੁਸੀਂ ਮੌਕਾ ਸੰਭਾਲ ਲੈਨੇ ਆ ਸ਼ੁਕਰੀਆ ਇਹ ਗੱਲ ਵਧੀਆ ਵੀ ਹੈ ਹਾਂ ਪਹਿਲਾਂ ਕਹਿੰਦੇ ਓਵਰ ਕੌਨਫੀਡੈਂਸ ਨਾਲ ਦੀ ਨਾਲੇ ਪੰਜਾਬੀ ਤੇ ਆ ਗਏ ਤਾਂ ਕਿਤੇ ਸਾਡੇ ਨੇਤਾ ਜਿਹੜੇ ਚੁਣੇ ਹੋਏ ਆ ਉਹ ਵੀ ਐ ਮੌਕਾ ਸੰਭਾਲਣ ਲੱਗ ਜਾਣ ਉਹ ਆਪਦਾ ਮੌਕਾ ਸੰਭਾਲਦੇ ਸੰਭਾਲਦੇ ਪੰਜਾਬ ਦਾ ਕੰਗਾ ਕਰ ਗਏ ਵਾਕੇ ਇਹ ਗੱਲ ਸੱਚੀ ਬਸ ਇਹ ਆ ਜੀ ਉਹ ਆ ਵੀ ਹਾਜ਼ਰ ਹੈ ਚੰਚੀ ਦਾ ਵਿਚਾਰ ਲੋ ਜੀ ਤੁਸੀਂ ਦੋ ਜਣਿਆਂ ਦਾ ਜ਼ਿਕਰ ਕੀਤਾ ਉਹ ਕਹਿੰਦਾ ਮੈਂ ਕਮਾਲ ਕਰੂੰ ਉਹ ਕਹਿੰਦਾ ਮੈਂ ਚਬ ਕੱਢੂੰ ਹੁਣ ਕੇਦਰੀਵਾਲ ਸਾਬ ਕਹਿੰਦੇ ਮੈਂ ਕਿਹੜਾ ਘਟਾ ਮੈਂ ਤਾਂ ਜੰਮਦਾ ਹੀ ਚਬ ਕੱਢਦਾ ਆਂ ਹਾਂ ਆਓ ਭਰਾਵਾ ਤੂੰ ਰਹਿ ਗਿਆ ਸੀ ਹੁਣ ਤੂੰ ਵੀ ਵਿਆਹੰਦੇ 20 ਤਰੀਕ ਨੂੰ ਕੇਜਰੀਵਾਲ ਸਾਹਿਬ ਆਉਣਗੇ ਪੰਜਾਬ ਦੇ ਵਿੱਚ ਜੀ ਕਰਨੀ ਆ ਇਹਨਾਂ ਨੇ ਬਰਨਾਲੇ ਦੇ ਵਿੱਚ ਵੱਡੀ ਰੈਲੀ ਹੂੰ ਲੋਕ ਸਭਾ ਦੀਆਂ ਚੋਣਾਂ ਦਾ ਇਹਨਾਂ ਨੇ ਡੰਕਾ ਪਾ ਜਾ ਦਿੱਤਾ ਅੱਛਾ ਇਹਨਾਂ ਨੇ ਕਿਹਾ ਵੀ ਤਿੰਨ ਰੈਲੀਆਂ ਕਰਾਂਗੇ ਹੂੰ ਚਾਲੂ ਮਹੀਨੇ ਦੇ ਵਿੱਚ ਤੇ ਫਰਵਰੀ ਦੇ ਵਿੱਚ ਇੱਕ ਹੂੰ ਦੋ ਐਤਕੀ ਹੂੰ ਅਗਲੇ ਮਹੀਨੇ 'ਚ ਇੱਕ ਤਿੰਨ ਰੈਲੀਆਂ ਕਰਕੇ ਕਨੇ ਵੀ ਅਸੀਂ ਪਾਜੜਾ ਪਾ ਦੇਂਗੇ ਵਿਰੋਧੀਆਂ ਨੂੰ ਅੱਛਾ ਅਸੀਂ ਐਸਾ ਸ਼ਕਤੀ ਪ੍ਰਦਰਸ਼ਨ ਕਰਨਾ ਹੂੰ ਜਿਹਦਾ ਕੋਈ ਤੋੜ ਨਹੀਂ ਹੋਊਗਾ ਜਿਹਦਾ ਕੋਈ ਬਦਲ ਨਹੀਂ ਹੋਊਗਾ ਅੱਛਾ ਜੀ ਇਹਨਾਂ ਨੇ ਤਾਂ ਇਹ ਵੀ ਗੱਲ ਕਹੀ ਆ ਵੀ ਹਜ਼ਾਰਾਂ ਲੋਕਾਂ ਦਾ ਇਕੱਠ ਆਮ ਆਰਮੀ ਪਾਰਟੀ ਵਾਲੇ ਕਹਿੰਦੇ 50 ਹਜ਼ਾਰ ਬੰਦਾ ਤਾਂ ਅਸੀਂ ਇਕੱਠਾ ਕਰ ਦਿਆਂਗੇ ਹੁਣ ਮਹਾਰਾਜ ਜਾਣਦਾ ਵੀ 50 ਹਜ਼ਾਰ ਹੁੰਦਾ ਕਿ 5 ਹਜ਼ਾਰ ਦੇਖੋ ਗੱਲ ਇਹ ਹੈ ਵੀ ਉਹਨਾਂ ਨੇ ਕਿਹਾ ਹਜ਼ਾਰਾਂ ਇਕੱਠਾ ਕਰਾਂਗੇ ਇਹ ਤਾਂ ਬਾਅਦ ਦੀ ਗੱਲ ਹੈ ਵੀ ਕਿੰਨੇ ਹਜ਼ਾਰ ਇਕੱਠੇ ਹੁੰਦੇ ਨੇ ਪਰ ਇੱਕ ਚੀਜ਼ ਮੈਂ ਜ਼ਰੂਰ ਜਾਣਦੀ ਆ ਵੀ ਜਿਹੜਾ ਮੌਕਾ ਕੇਜਰੀਵਾਲ ਹੋਰਾਂ ਦੇ ਹੱਥ 'ਚ ਆਇਆ ਸੀ ਨਾ ਜੋ ਇੱਕ ਵਾਰ ਕਹਿ ਲਓ ਵੀ ਹਰ ਪਾਸੇ ਚਰਚਾ ਛਿੜੀ ਸੀ ਉਹ ਵਾਕਈ ਕਿਤਨਾ ਕਿਤੇ ਇਹਨਾਂ ਨੇ ਗਵਾ ਲਈ ਇਹ ਤਾਂ ਗੱਲ ਸੱਚੀ ਹੈ ਜੇ ਉਹ ਮੌਕਾ ਸਾਂਭ ਲੈਂਦੇ ਜੇ ਵਾਕਈ ਉਦੋਂ ਜੋ ਲੋਕਾਂ ਨਾਲ ਵਾਅਦੇ ਕੀਤੇ ਗਏ ਸੀ ਜਾਂ ਜੋ ਲੋਕਾਂ ਨੂੰ ਇਹਨਾਂ ਤੋਂ ਆਸਾਂ ਸੀ ਉਮੀਦਾਂ ਸੀ ਉਹਦੇ ਉੱਪਰ ਖਰੇ ਉੱਤਰ ਦੇ ਤਾਂ ਅੱਜ ਨੂੰ ਬਹੁਤ ਕੁਝ ਜਿਹੜਾ ਹੈ ਉਹ ਬਦਲ ਚੁੱਕਿਆ ਹੋਇਆ ਹੈ ਮੈਂ ਨਾ ਆਮ ਆਦਮੀ ਪਾਰਟੀ ਦੇ ਜਿਹੜੇ ਵੀ ਆਗੂ ਨਾਲ ਗੱਲ ਕਰਦਾ ਜੀ ਉਹਨੂੰ ਮੈਂ ਪੁੱਛਦਾ ਵੀ ਭਾਈ ਤੁਸੀਂ ਇੰਨੀਆਂ ਗਲਤੀਆਂ ਕਿਉਂ ਕੀਤੀਆਂ ਹੂੰ ਕੀ ਕਾਰਨ ਸੀ ਤੁਸੀਂ ਮੂਰਖਤਾ ਨਹੀਂ ਕਰਗੇ ਇੱਕੋ ਇੱਕ ਗੱਲ ਕਹੀ ਜਾਂਦੇ ਸਾਡੀ ਪਾਰਟੀ ਹਲੇ ਨਿਆਣੀ ਆ ਸਾਡੀ ਪਾਰਟੀ ਤਾਂ ਹਲੇ ਨਿਆਣੀ ਆ ਸਾਡੀ ਪਾਰਟੀ ਬਚਪਨ ਦੇ ਵਿੱਚ ਆ ਬਚਪਨ ਚ ਗਲਤੀਆਂ ਹੋ ਜਾਂਦੀਆਂ ਤੇ ਮੈਂ ਕਿਹਾ ਭਾਈ ਜਿਹੜੇ ਬਚਪਨ ਦੀਆਂ ਗਲਤੀਆਂ ਨਾ ਉਹ ਵੱਡੇ ਹੋ ਕੇ ਵੀ ਤੰਗ ਕਰਦੀਆਂ ਤੇ ਜਿਹੜੇ ਬੱਚੇ ਦੇ ਬਾਰੇ ਇਹ ਪ੍ਰਭਾਵ ਬਣ ਜੇ ਵੀ ਇਹਨੇ ਵੱਡੇ ਹੋ ਕੇ ਸਵਾਹ ਕਰਨਾ ਤੇ ਇਸ ਕਰਕੇ ਭਾਈ ਉਹਦੇ ਧੁੱਪ ਵਿਖਦੇ ਵਿੱਚ ਬਹੁਤੀ ਲੋਕ ਆਸ ਨਹੀਂ ਕਰਦੇ ਇਸ ਕਰਕੇ ਤੁਹਾਡੇ ਕੋਲੇ ਮੌਕੇ ਹੁਣ ਆਖਰੀ ਆ ਜੇ ਤਾਂ ਤੁਸੀਂ ਸੰਭਾਲ ਗਏ ਤਾਂ ਸੰਭਾਲ ਗਏ ਤੇ ਜੇਕਰ ਹੁਣ ਵੀ ਉਹੋ ਜੀਆਂ ਗਲਤੀਆਂ ਕੀਤੀਆਂ ਤਾਂ ਪੜ ਪੱਲੇ ਕੱਖ ਨਹੀਂ ਪੈਣਾ ਕਿਉਂਕਿ ਇਹ ਤਾਂ ਸਾਰੇ ਗਵਾਹ ਨੇ ਇਸ ਚੀਜ਼ ਦੇ ਵੀ ਜਦੋਂ ਇਹ ਪਾਰਟੀ ਹੋਂਦ ਦੇ ਵਿੱਚ ਆਈ ਸੀ ਜਦੋਂ ਹਰ ਪਾਸੇ ਦੀ ਚਰਚਾ ਛੇੜੀ ਸੀ ਤਾਂ ਕਿਤਨਾ ਕਿਤੇ ਜਿਹੜੀਆਂ ਇੰਨੀਆਂ ਖੁੰਡ ਪੁਰਾਣੀਆਂ ਪਾਰਟੀਆਂ ਸੀ ਉਹਨਾਂ ਨੂੰ ਵੀ ਹੱਥ ਪੈਰਾਂ ਦਿੱਤਾ ਪੈ ਗਈ ਸੀ ਵੀ ਆ ਕੀ ਹੋ ਗਿਆ ਹਨਾ ਕਿਉਂਕਿ ਜਿੰਨੀ ਨੌਜਵਾਨੀ ਹੈ ਜਿੰਨੇ ਪੜੇ ਲਿਖੇ ਲੋਕ ਨੇ ਉਹ ਸਾਰੇ ਇਹਦੇ ਨਾਲ ਜੁੜ ਗਏ ਸੀ ਇੱਕ ਗੱਲ ਹੋਰ ਦੱਸਦਾ ਬਈ ਹੁਣੇ-ਹੁਣੇ ਜਸਟਿਸ ਜ਼ੋਰਾ ਸਿੰਘ ਸੇਵਾ ਮੁਕਤਜਾ ਜਿਹੜੇ ਉਹ ਆਮ ਆਦਮੀ ਪਾਰਟੀ ਦਾ ਝਾੜੂ ਚੱਕ ਕੇ ਮੈਦਾਨ ਚ ਆਏ ਆ। ਵਾਕਈ। ਉਹਨਾਂ ਨੂੰ ਐਮਪੀ ਵਾਲੀ ਟਿਕਟ ਮਿਲਣੀ ਇਹ ਪੱਕੀ ਆ। ਜੀ। ਭਾਵੇਂ ਉਹਨਾਂ ਨੂੰ ਜਲੰਧਰ ਤੋਂ ਮਿਲੇ, ਭਾਵੇਂ ਉਹਨਾਂ ਨੂੰ ਕਿਤੋਂ ਹੋਰ ਮਿਲੇ ਪਰ ਉਹਨਾਂ ਦੀ ਟਿਕਟ ਵਟ ਦੇ ਉੱਤੇ ਪਈ ਆ। ਜੀ। ਉਹਨਾਂ ਨੇ ਕੀਤਾ ਐਲਾਨ ਵੀ ਮੈਂ ਨਾ ਖੁਲਾਸਾ ਕਰਨਾ। ਹਮ। ਵੀ ਬੇਅਦਬੀ ਕਾਂਡ ਦੇ ਵਿੱਚ ਜ਼ਿੰਮੇਵਾਰ ਕੌਣ-ਕੌਣ ਸੀ? ਜੀ। ਹੁਣ ਜ਼ੋਰਾ ਸਿੰਘ ਹੋਰਾਂ ਨੂੰ ਜਤਤ ਤਜਰਬਾ ਨਹੀਂ। ਹਮ। ਤੇ ਜਾਂ ਉਹਨਾਂ ਨੂੰ ਇਹ ਲੱਗਦਾ ਸੀ ਵੀ ਸਵਾਲ ਨਿਖਿਤ ਜੇ ਪੁੱਛਣਗੇ ਢਿੱਕੜੀ ਗੱਲ ਆ। ਤੇ ਪੱਤਰਕਾਰਾਂ ਨੂੰ ਇਸ ਗੱਲ ਦੀ ਬੜੀ ਆਸ ਵੀ ਅਕਾਲੀ ਦਲ ਭਾਜਪਾ ਗਠਜੋੜ ਦੀ ਸਰਕਾਰ ਦੇ ਮੌਕੇ ਜੀ ਇਹਨਾਂ ਨੂੰ ਬੇਦਬੀ ਕਾਂਡ ਦਾ ਜਿਹੜਾ ਕਮਿਸ਼ਨ ਬਣਾਇਆ ਸੀਗਾ ਉਹਦਾ ਮੁਖੀ ਥਾਪਿਆ ਸੀ ਵਾਕਈ ਸੱਚ ਹੈ ਤੇ ਉਸ ਤੋਂ ਬਾਅਦ ਉਹ ਅਕਾਲੀ ਦਲ ਦੇ ਵਿੱਚ ਆ ਕੇ ਸੇਵਾ ਮੁਕਤੀ ਤੋਂ ਮਗਰੋਂ ਹਮ ਪਰ ਨਾ ਜਦੋਂ ਉੱਥੇ ਬੈਠੇ ਤਾਂ ਉਹਨਾਂ ਨੂੰ ਜਵਾਬ ਨਹੀਂ ਸੁੱਝੇ ਜੀ ਉਹ ਜਦੋਂ ਪੱਤਰਕਾਰਾਂ ਨੇ ਤਿੱਖੇ ਜਿਹੇ ਸਵਾਲ ਕੀਤੇ ਵੀ ਕਿਹੜੇ-ਕਿਹੜੇ ਬੰਦੇ ਆ ਕਿ ਤੁਸੀਂ ਆਪਣੀ ਰਿਪੋਰਟ 'ਚ ਬਦਲਾਂ ਦਾ ਨਾਂ ਵੀ ਲਿਖਿਆ ਸੀ ਕਿ ਸੁਮੇਰ ਸਿੰਘ ਸੈਣੀ ਦਾ ਨਾਂ ਵੀ ਲਿਖਿਆ ਸੀ ਇਹ ਤਾਂ ਜੀ ਕੁਰਸੀ ਤੋਂ ਉੱਠ ਕੇ ਨਹੀਂ ਜਾਣ ਲੱਗੇ ਨਾਲ ਦੇ ਵਿਧਾਇਕਾਂ ਨੇ ਫੜ ਕੇ ਬਿਠਾਇਆ ਵੀ ਹੁਣ ਬੈਠੇ ਰਹੋ ਜਦੋਂ ਆ ਹੀ ਗਏ ਆ ਜੋ ਆਉਂਦਾ ਕਹਦੇ ਹੋ ਜੀ 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 ਫਿਰ ਉਹਨਾਂ ਨੇ 6 ਬੰਦਿਆਂ ਦੇ ਨਾਮ ਲਏ ਆ ਉਹ ਵੀ ਪੱਤਰਕਾਰਾਂ ਦੇ ਵੱਲੋਂ ਮਜਬੂਰ ਕਰਨ ਤੇ ਵੀ ਉਹ ਕਿਹੜੇ ਕਿਹੜੇ ਵਿਅਕਤੀ ਆ ਜਿਨ੍ਹਾਂ ਦਾ ਬੇਅਦਬੀ ਕਾਂਡ ਦੇ ਵਿੱਚ ਜ਼ਿਕਰ ਆ ਆਹਾਂ ਜਿਨ੍ਹਾਂ ਦੇ ਕਰਕੇ ਸਾਰਾ ਕੁਝ ਵਾਪਰਿਆ ਇਹਨਾਂ ਦੇ ਇੱਕ ਦਰਜੀ ਦਾ ਨਾਮ ਲਿਆ ਇੱਕ ਗੁਰਦੁਆਰੇ ਦੇ ਗ੍ਰੰਥੀ ਦਾ ਨਾਮ ਲਿਆ 4 ਕ ਬੰਦਿਆਂ ਦੇ ਹੋਰ ਨਾਮ ਲਏ ਆ ਪਰ ਕਿਸੇ ਵੱਡੇ ਵਿਅਕਤੀ ਦਾ ਨਾਮ ਨਹੀਂ ਲਿਆ। ਵਾਕਈ ਸੋ ਗੱਲ ਤਾਂ ਉਹੀ ਆ ਨਾ ਵੀ ਕੱਚੇ ਖਿਡਾਰੀ ਜਦੋਂ ਹੋਣ ਤਾਂ ਉਦੋਂ ਫੇਰ ਬੰਦੇ ਨੂੰ ਸੋਚ ਸਮਝ ਕੇ ਗੱਲਾਂ ਕਰਨੀਆਂ ਚਾਹੀਦੀਆਂ ਨੇ ਸੋਚ ਸਮਝ ਕੇ ਬਿਆਨਬਾਜ਼ੀ ਕਰਨੀ ਚਾਹੀਦੀ। ਮੈਂ ਤਾਂ ਇਹ ਸੋਚੀ ਜਾਂਦਾ ਸੀ ਮੈਂ ਕਿਹਾ ਵੀ 2 ਦਿਨ ਪਹਿਲਾਂ ਕਹਿਣਾ ਸ਼ੁਰੂ ਕਰਤਾ ਜਸਟਿਸ ਜ਼ੋਰਾ ਸਿੰਘ ਕਰਨਗੇ ਨਵਾਂ ਠਮਾਕਾ ਕਰਨਗੇ ਬਹੁਤ ਵੱਡਾ ਖੁਲਾਸਾ। ਮੈਂ ਕਿਹਾ ਵੀ ਕਿਉਂਕਿ ਇਹਨਾਂ ਦੇ ਹੱਥ ਵਿੱਚ ਦੀ ਸਾਰੀ ਰਿਪੋਰਟ ਲੰਗੀ ਆ ਇਹਨਾਂ ਨੇ ਤਾਪ ਤਿਆਰ ਕੀਤੀ ਆ ਪਤਾ ਨਹੀਂ ਕਿਹੜਾ ਸੱਪ ਕੱਢਣਗੇ ਪਰ ਨਿਕਲਿਆ ਕੱਖ ਵੀ ਨਹੀਂ ਮੰਗੇ ਕਈ ਲੋਕ ਨਾ ਜਿਹੜੇ ਸਾਥੀ ਆ ਸਾਡੇ ਉਹ ਸੁਨੇਹੇ ਭੇਜਦੇ ਜਦੋਂ ਤੇ ਪੜ ਕੇ ਹੈਰਾਨੀ ਵੀ ਹੁੰਦੀ ਤੇ ਚੰਗਾ ਵੀ ਲੱਗਦਾ ਜੀ ਮੈਨੂੰ ਹੁਣ ਤੱਕ ਨਾ ਚਾਰ ਪੰਜ ਸੁਨੇਹੇ ਆ ਗਏ ਆ ਵੀ ਤੁਸੀਂ ਵੀ ਕੋਈ ਗਾਣਾ ਗਾਓ ਹੈ ਹਾਂਜੀ ਤੁਸੀਂ ਹਰ ਰੋਜ਼ ਇੱਥੇ ਬੈਠ ਕੇ ਬੇਰੀ ਬਦਨਾਮੀ ਕਰਦੇ ਆ ਆ ਕਿੰਨਾ ਸੋਹਣਾ ਗਾਣਾ ਸੀ ਖਬਰ ਬਣਾ ਕੇ ਰੱਖਤੀ ਆਹ <laughs> गाना है थोड़ी सी तਰਨਮ ਦੇ ਵਿੱਚ ਪੇਸ਼ ਕਰੋ ਜੀ ਬਈ ਮੇਰਾ ਸੌਦਾ ਨਹੀਂ ਵੀ ਕੀ ਜਾਂਦਾ ਵਾਹ ਵਾਹ ਮੈਨੂੰ ਐ ਹੀ ਬੜਾ ਪਿਆਰ ਮਿਲਦਾ ਆਹਾਂ ਆਹਾਂ ਤੇ ਮੈਂ ਤੇਰਨਮ ਵਿੱਚ ਕਾਤੋਂ ਆਵਾਂ ਤੇ ਠੀਕ ਹੈ ਤੁਸੀਂ ਫਿਰ ਮੇਰਾ ਹਿੱਸਾ ਪੱਤੀ ਵਿੱਚ ਰੱਖ ਲਿਓ ਜਦੋਂ ਤੁਸੀਂ ਕੈਸਟ ਕਰਦੇ ਤੁਸੀਂ ਤਰਨਮ ਦੇ ਵਿੱਚ ਗਾਉਨੇ ਆ ਨਾ ਜੀ ਤੁਸੀਂ ਕਈ ਵਾਰੀ ਨਮੂਨੇ ਵੀ ਪੇਸ਼ ਕੀਤੇ ਆ ਜੀ ਤੁਸੀਂ ਗਾਓ ਮੈਂ ਕਿਹਾ ਗਾਵਾ ਤੁਹਾਨੂੰ ਡਿਮਾਂਡ ਆਈ ਆ ਵੀ ਤੁਸੀਂ ਗਾ ਕੇ ਸੁਣਾਓ ਮੰਗ ਨਹੀਂ ਮੰਗ ਹੋਈ ਆ ਹਾਂ ਤੁਹਾਡੇ ਲਈ ਮੰਗ ਹੋਈ ਆ ਗਾ ਕੇ ਸੁਣਾਓ ਤੇ ਦੇਖੋ ਨਾ ਫਿਰ ਇਹਦੇ ਮਤਲਬ ਇਹ ਹੋਇਆ ਕਿ ਮੇਰੀ ਗੱਲ ਹੋਰ ਆ ਤੁਹਾਡੀ ਗੱਲ ਹੋਰ ਆ ਤੇ ਫਿਰ ਸੁਣਾ ਦਿਓ ਨਾ ਕਿਹੜੇ ਚੱਕਰਾਜ ਕੋਈ ਵੀ ਸੁਣਾ ਦਿਓ ਜਿਹੜਾ ਚੰਗਾ ਲੱਗਦਾ ਨਹੀਂ ਨਹੀਂ ਮੈਂ ਨਹੀਂ ਸੁਣਾਉਂਦਾ ਕਿਉਂ ਹਾਂ ਇਹ ਕੀ ਗੱਲ ਹੋਈ ਹੁਣ ਮੰਗ ਦੇਖੋ ਆਪਾਂ ਘਰ ਪਰਿਵਾਰ ਦੇ ਉਹਨਾਂ ਨੇ ਇਹ ਨਹੀਂ ਗੱਲ ਕਹੀ ਵੀ ਭਾਈ ਗਾਣਾ ਗਾ ਕੇ ਸੁਣਾਈ ਉਹਨਾਂ ਨੇ ਇਹ ਗੱਲ ਕਹੀ ਆ ਵੀ ਗਾਣਾ ਰਿਕਾਰਡ ਕਰਕੇ ਤੁਸੀਂ ਵੀ YouTube ਤੇ ਪਾਓ ਉਹ ਤੇ ਉਹ ਕਹਿੰਦੇ ਵੀ ਤੁਹਾਡਾ ਕੰਮ ਚੱਲ ਜੂਗਾ ਮੰਗ ਵੱਧ ਗਈ ਫਿਰ ਇੱਕ ਨਮੂਨਾ ਪੇਸ਼ ਕਰੋ ਨਾ ਇਹ ਆਪਾਂ ਇਸ ਇਹ ਜਿਹੜਾ ਮੈਂ ਨਮੂਨਾ ਪੇਸ਼ ਕਰਨ ਲੱਗਿਆ ਨਾ ਕਿ ਦਰਸ਼ਕਾਂ ਨੇ ਕਿਹਾ ਨਮੂਨਾ ਹੀ ਆ ਨਹੀਂ ਨਹੀਂ ਥੋੜਾ ਜਿਹਾ ਗਾਇਕੀ ਦਾ ਇੱਕ ਵਾਰ ਹੋ ਜਵੇ ਨਾ ਨਾ ਮੈਂ ਤਾਂ ਨਹੀਂ ਹੋ ਜੇ ਬਈ ਮੈਂ ਤੁਹਾਨੂੰ ਕਿਹਾ ਹੋਰ ਮੈਂ ਤੁਹਾਨੂੰ ਇੱਕ ਉਦਾਹਰਨ ਪੇਸ਼ ਕਰਦਾ ਮੈਂ ਤੁਹਾਡੇ ਨਾਲ ਇੱਕ ਵਾਰੀ ਮੈਨੂੰ ਪਤਾ ਜਿਹੜੇ ਤੁਸੀਂ ਨਾਲ ਆ ਮੈਂ ਤਾਂ ਇਹੋ ਨਹੀਂ ਗਾਉਂਦਾ ਮੈਨੂੰ ਪਤਾ ਵੀ ਤੁਸੀਂ ਨਾਲ ਦੀ ਨਾਲ ਮੂੰਹ ਦੇ ਉੱਤੇ ਨਕਦ 5 ਬੇਜਤੀ ਕਰਨੀ ਆ ਨਹੀਂ ਕਰਦੇ ਚਲ ਵਾਧਾ ਰਿਆ ਨਹੀਂ ਨਹੀਂ ਮੈਂ ਇੱਕ ਗੱਲ ਸੁਣਾ ਮੇਰੀ ਕਹਿੰਦੇ ਵੀ ਇੱਕ ਵਾਰੀ ਨਾ ਇੱਕ ਮੁੰਡਾ ਉਹਨੇ 3 4 5 ਕੈਸਟਾਂ ਕੀਤੀਆਂ ਗੱਲ ਕੋਈ ਬਣੀ ਨਾ ਇੱਕ ਦਿਨ ਉਹਦੀ ਪ੍ਰੇਮਕਾ ਨੂੰ ਮਿਲੀ ਕਹਿੰਦੀ ਇਹ ਦੱਸ ਵੀ ਕੀ ਕੀ ਵਿਕਿਆ ਫਿਰ ਉਹਨੇ ਤਾਂ ਪੁੱਛੀ ਵੀ ਕਿੰਨੀ ਸੀਡੀ ਵਿਕੀ ਕਿੰਨੀ ਕੈਸਟ ਵਿਕੀ ਕਹਿੰਦਾ ਬਹੁਤ ਕੁਝ ਵਿਕਿਆ ਕਹਿੰਦਾ ਸਾਡੀ ਜ਼ਮੀਨ ਵਿਕ ਗਈ ਸਾਡਾ ਘਰ ਵਿਕ ਗਿਆ ਸਾਡੀ ਟਰਾਲੀ ਵੀ ਵਿਕ ਗਈ ਹੁਣ ਤਾਂ ਬਸ ਕਹਿੰਦਾ ਕੱਡਣੀਆਂ ਹੀ ਰਹਿ ਗਈਆਂ ਇਹੋ ਜਿਹਾ ਭਾਈ ਗਾਇਕੀ ਦਾ ਹਾਲ ਆ ਤੇ ਮੇਰੇ ਵਰਗਾ ਮਾਤੜ ਬੰਦਾ ਕਿੱਥੋਂ ਇਹੋ ਜਿਹਾ ਪੰਗਾ ਲੈ ਸਕਦਾ ਨਹੀਂ ਪਰ ਚਲ ਮਾੜਾ ਜਾ ਤਾਂ ਕੋਈ ਬੋਲੀ ਸੁਣਾ ਦਿਓ ਚਲ ਕਿਹੜੀ ਕੋਈ ਵੀ ਨਾ ਨਾ ਮੈਂ ਨਹੀਂ ਭਾਈ ਇਹ ਸੁਣਾਉਂਦਾ 93 ਦੇ ਵਜh ਤਾ ਮਹਾਰਾਜ ਦੀ ਸੋ ਮੈਨੂੰ ਆਉਂਦਾ ਹੀ ਕੁਛ ਨਹੀਂ ਨਹੀਂ ਤੁਸੀਂ ਉਹ ਬੋਲੀ ਸੁਣਾ ਦਿਓ ਖੱਟੀ ਚੁੰਨੀ ਲੈ ਕੇ ਮੈਂ ਧਾਰ ਚੋਂਗੀ ਵਾਹ ਖੱਟੀ ਚੁੰਨੀ ਲੈ ਕੇ ਨਹੀਂ ਮੈਂ ਧਾਰ ਚੋਂ ਚੱਲੀ ਆਂ ਹਾਂ ਖੱਟੀ ਚੁੰਨੀ ਨੇ ਮੇਰਾ ਗਾਲੇ ਕੁੱਟੇ ਨਹੀਂ ਮੈਂ ਕੱਟੇ ਦੇ ਭਲੇਖੇ ਚੜਾ ਜੇ ਕੁੱਟੇ ਆ ਵਾਹ ਵਾਹ ਮੈਂ ਚੰਗਾ ਭੜਾ ਪੱਤਰਕਾਰ ਸੀ ਇਹਨਾਂ ਨੇ ਮੈਨੂੰ ਦੇਖੋ ਕਿਹੜੇ ਕੰਮਾਂ 'ਚ ਪਾਉਣਾ ਨਹੀਂ ਪਰ ਜੋ ਵੀ ਹੈ ਬੋਲੀਆਂ ਆਪਣੀਆਂ ਕਮਾਲ ਨੇ ਬੋਲੀਆਂ ਤਾਂ ਹੈ ਕਮਾਲ ਸਾਡੇ ਸਾਹਿਤ ਦੇ ਸਾਡੇ ਲੋਕ ਰੰਗ ਦੇ ਸਾਰੇ ਹੀ ਰੂਪ ਆ ਜਿਹੜੇ ਉਹ ਬਾਖਮਾਲ ਆ ਉਹਨਾਂ ਦੇ ਵਿੱਚੋਂ ਨਾ ਅਸਲ ਦੇ ਵਿੱਚ ਅਸਲ ਪੰਜਾਬ ਦੀ ਤਸਵੀਰ ਦਿਸਦੀ ਆ ਪੰਜਾਬ ਕੀ ਸੀ ਅਤੀਤ ਦੇ ਵਿੱਚ ਸਾਡੇ ਅੰਦਰ ਕਿੰਨੀ ਅਮੀਰੀ ਸੀ ਸਾਡਾ ਚੁਗਿਰਦਾ ਆਲਾ ਦਵਾਲਾ ਕਿਹੋ ਜਿਹਾ ਸੀ ਇਹ ਪੁਰਾਣੇ ਗੀਤਾਂ ਨੂੰ ਤੇ ਬੋਲੀਆਂ ਨੂੰ ਸੁਣ ਕੇ ਪਤਾ ਲੱਗ ਜਾਂਦਾ ਵਾਕਈ ਪਤਾ ਲੱਗ ਜਾਂਦਾ ਸੋ ਚਲੋ ਖੈਰ ਆਪਾਂ ਫਿਲਹਾਲ ਹੁਣ ਜਾਣ ਦਾ ਵੇਲਾ ਆਪਣਾ ਨੇੜੇ ਆ ਜਾਂਦਾ ਤੁਸੀਂ ਤਾਂ ਗੀਤ ਨਹੀਂ ਸੁਣਾਉਣਾ ਸੀ ਤੁਸੀਂ ਸੁਣਾ ਰਹਿਣਾ ਹੁਣ ਮੈਂ ਤਾਂ ਸੁਣਾ ਦਿੱਤਾ ਹੁਣ ਮੈਂ ਬੋਲੀ ਨਹੀਂ ਪਾਤੀ ਖੱਟੀ ਜਿੰਨੀ ਲੈ ਕੇ ਮੈਂ ਤਾਂ ਹਾਰ ਚੋਂ ਗਈ ਸੀ ਵੈਸੇ ਵੀ ਸਿਆਣੇ ਕਹਿੰਦੇ ਵੀ ਜਦੋਂ ਬੋਲੀਆਂ ਪੈ ਜਾਣ ਨਾ ਅਖਾੜਾ ਲੱਗਣ ਤੋਂ ਬਾਅਦ ਮਤਲਬ ਉਹਦੀ ਸਮਾਪਤੀ ਹੁੰਦੀ ਆ ਅਖੀਰ ਤੇ ਬੋਲੀਆਂ ਪਾਈਆਂ ਜਾਂਦੀਆਂ ਜੀ 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 ਫ ਨਾ ਵੀ ਉਹ ਕੀ ਗਾਣੇ ਦੇ ਲਫ਼ਜ਼ ਸੀਗੇ ਕੱਢ ਮਿੱਤਰਾ ਫੁਲਕਾਰੀ ਹਾਕਾਂ ਘਰ ਵਜੀਆਂ ਹਾਕਾਂ ਘਰ ਵਜੀਆਂ ਹਨ ਹਾਂ ਹੁਣ ਆਪਾਂ ਨੂੰ ਵੀ ਹਾਕਾ ਪੈਣ ਲੱਗ ਗਿਆ ਚਲੋ ਭਾਈ ਬਹੁਤ ਹੋ ਗਈਆਂ ਗੱਲਾਂ ਸੋ ਫਿਲਹਾਲ ਦੇ ਲਈ ਸਾਡੇ ਜਾਣ ਦਾ ਵੇਲਾ ਹੋ ਗਿਆ ਜੀ ਆਪਣੀ ਪ੍ਰਤੀਕਿਰਿਆ ਸਾਡੇ ਤੱਕ ਜ਼ਰੂਰ ਪਹੁੰਚਾਓ ਕੱਲ ਨੂੰ ਤੁਹਾਡੇ ਨਾਲ ਫਿਰ ਤੋਂ ਮੁਲਾਕਾਤ ਹੋਏਗੀ ਤਦ ਤੱਕ ਦੇ ਲਈ ਸਾਨੂੰ ਦੇ ਇਜਾਜ਼ਤ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖਦੇ ਰਹੋ ਪ੍ਰਾਈਮੇ ਸ਼ਾਟਿੰਗ ਵੀ ਤੁਹਾਡਾ ਆਪਣਾ ਤੁਹਾਡੇ ਲਈ ਉਹ ਵੀ ਹਾਜ਼ਰ ਹੈ ਜੱਜ ਦਾ ਵਿਚਾਰ